हाँ जी जी सारे वीरां नूं साडे वल्लों सल्यूट है। दास गुरसेवक गिल ते साडे नाल हरमनदीप सिंह जी जुड़े ने, इस दे नाल ही टीम मैंबर साडे जिहड़े दो थल्ले खलोते आ महकदीप सिंह ते इहदे नाल ही उहनां दे जिहड़े हैगे ने संधू साहब खलोते हुए ने। करांगे अज विचार चर्चा, वड्डा खुलासा करन जा रहे हां। माझे दी धरती दे हाँ सुरत पाउण जा माझे दी रहे हैं धरती दे, माझे दी धरती दे अज वड्डा खुलासा करन जा रहे हां। वीरां नूं बेनती आ वी दास गुरसेवक गिल इहो बेनती करदा वा वी जिहड़ा वी वीर कोई वीडियो नूं वेख रिहा वा शेयर जरूर करे, क्योंकि एक शेयर ना हो सकदा अपने पंजाबियां दा जिहड़ा वा आपां पता लग जावे कि अज सोयां दा की हाल आ। दो दास वीर जुड़ गए, दो तीन वीर, तीन वीर आ चुके तीन आ। वीर बेनती आ कि कमेंटां दे विच सानूं अपने सवाल भी लिखण, ते छेती दूसरी छेती गल आओ आ यार एक जी। वार फिर इंट्रोडक्शन करा देवां दास गुरसेवक गिल, जिन्हां दियां पिछले दिनी साडियां सोशल मीडिया सोशल वैब ते काफ़ी वीडियो वायरल होईयां सन। हरमनदीप सिंह ने शेयर जरूर कर दिओ साथियो, दास गुरसेवक गिल हरमनदीप सिंह ते इहदे नाल नाल ही सेवक सिंह जिहड़े संधू साहब ओह वी जुड़े ने, हाथ इहदे जोड़ के नाल बेनती ही है, छेती छेती आओ महक, मेरा वीर हांजी हांजी महकदीप रजिस्टर सिंह कर दो सेवक जी वीर जी। वीरां नूं जोड़ लैण दिए। वीरां नूं अज लाइव हो गए हां वीरो, लाइव हो गए हां अज, असीं वी तुहानूं दस्सांगे वी सानूं लाइव होण दी नौबत क्यों आ गई, ये भी दसांगे वीरां नूं। जिहड़े किसे वीर ने कमेंट दे विच कोई सवाल सानूं करना होवे, क्योंकि पिछले दिनी आपां देख सकदे हां दास होणां दीआं वीडियो जिहड़ियां सोशल मीडिया ते, जिहड़े कोई नवें वीर साडे नाल जुड़ रहे उहनां नूं बेनती आ शेयर जरूर कर दो यार, लाइक ते शेयर। साडा पेज है गुरसेवक सिंह गिल दे नां ते, ਉਹਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਵੀਰ ਜੀ। ਕਰੀਏ ਸਟਾਰਟ, ਇੱਕ ਮਿੰਟ ਜੀ ਕਰ ਦਿੰਦੇ ਵੀਰ ਜੁੜ ਜਾਣ ਆਪਣੇ ਨਾਲ, 12 ਸਾਥੀ ਜੁੜ ਚੁੱਕੇ ਆ। ਵੀਰਾਂ ਨੂੰ ਬੇਨਤੀ ਆ 15 ਆ ਦੱਬ ਗਏ ਆਪਾਂ ਕੇ, ਸਟਾਰਟ ਕਰ ਦੇਣੀ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦੇਣ, ਜਿਹੜਾ ਨਾਲੇ ਸਾਡਾ ਨਵਾਂ ਪੇਜ ਹੈ ਉਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਜਾਣਕਾਰੀ ਦੇਵਾਂਗੇ। ਬਹੁਤ ਆਪਣੇ ਗੱਗੂ ਗਿੱਲ ਭਾਜੀ ਜਿਹੜੇ ਜੁੜੇ ਆ ਬਹੁਤ ਧੰਨਵਾਦ ਉਹਨਾਂ ਦਾ, ਉਹ ਵੀ ਜੁੜੇ ਹੋਏ ਆ। ਹਾਂਜੀ ਸਾਥੀਓ, ਜਿਹੜਾ ਅੱਜ ਆਪਣੇ ਸਾਰੇ ਭਰਾ ਇੱਥੇ ਜੁੜੇ ਆ, ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੋ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ। ਅੱਜ ਆਪਾਂ ਇੱਥੇ ਸਾਰੇ ਜੁੜੇ ਹੋਏ ਹਾਂ ਅਤੇ ਕੋਈ ਵੀ ਮੇਰਾ ਵੀਰ ਲਾਈਵ ਵੀਡੀਓ ਨੂੰ ਛੱਡ ਕੇ ਨਾ ਜਾਵੇ, ਸਾਰੇ ਵੀਰਾਂ ਨੂੰ ਬੇਨਤੀ ਵੀਡੀਓ ਵੇਖਣ, ਤੁਹਾਡੇ ਇੱਕ ਸ਼ੇਅਰ ਨਾਲ ਆਪਣੇ ਪੰਜਾਬੀਆਂ ਦੀ ਆਪਣੇ ਪੰਜਾਬ ਦੀ ਆਵਾਜ਼ ਜਾ ਸਕਦੀ ਆ। ਜੁੜੋ ਜੁੜੋ ਮੇਰਾ ਵੀਰ ਛੇਤੀ ਆਓ। ਹਾਂਜੀ ਅਸੀਂ ਜੁੜੇ ਹਾਂ ਇੱਥੇ ਤੁਹਾਡੇ ਨਾਲ, ਇਸ ਆਈ ਡੀ ਦੇ ਉੱਤੇ ਜਿਹੜਾ ਸਾਡਾ ਨਵਾਂ ਪੇਜ, ਅਸੀਂ ਪਹਿਲਾਂ ਤਾਂ ਉਹ ਤੋਂ ਤੁਹਾਡੇ ਨਾਲ ਜੁੜਨਾ ਸੀ ਪਰ ਅਸੀਂ ਹੁਣ ਆਈ ਡੀ ਤੋਂ ਜੁੜੇ ਹਾਂ। ਹਾਂਜੀ ਇੱਥੇ ਸਾਡੇ ਨਾਲ ਪ੍ਰਗਟ ਸਿੰਘ ਭਾਜੀ, ਭਾਜੀ ਸਾਰੇ ਸ਼ੇਅਰ ਕਰ ਦਿਓ ਦੱਬ ਕੇ ਵੀਡੀਓ ਨੂੰ, ਅੱਜ ਤੁਹਾਨੂੰ ਦੱਸਾਂਗੇ ਲਾਈਵ ਹੋਣ ਦੀ ਨੌਬਤ ਕਿਉਂ ਆ ਗਈ। ਅੱਜ ਅੱਜ ਬੜਾ ਭਖਿਆ ਆ ਮੁੱਦਾ ਵਾ, ਉਹ ਤੋਂ ਪਹਿਲਾਂ 15 ਸਾਥੀ ਸਾਡੇ ਨਾਲ ਹੁਣ ਜੁੜ ਚੁੱਕੇ ਆ। ਸਾਥੀਆਂ ਨੂੰ ਬੇਨਤੀ ਆ ਕੋਈ ਵੀ ਵੀਰ ਲਾਈਵ ਵੀਡੀਓ ਨੂੰ ਛੱਡ ਕੇ ਨਾ ਜਾਵੇ, ਸਾਰੇ ਵੀਰ ਲਾਈਵ ਵੀਡੀਓ ਨੂੰ ਵੇਖਣ, ਜੇ ਸ਼ੇਅਰ ਕੀਤੇ ਆਪਣਾ ਭਾਰਤ ਬਾਜੇ ਤੇ ਫਿਰ ਆਪਾਂ ਨੂੰ। ਹਾਂ ਹਾਂ ਪੰਜਾਬ ਆਪਣਾ ਤਾਂ ਹੀ ਬਚ ਸਕਦਾ ਵਾ, ਤੁਹਾਡੇ ਇੱਕ ਛੋਟੇ ਜਿਹੇ ਸ਼ੇਅਰ ਨਾਲ ਇੱਕ ਛੋਟੀ ਜਿਹੀ ਵਿਊ ਨਾਲ ਸਾਡਾ ਪੰਜਾਬ ਬਾਜੂਗਾ, ਸਾਡਾ ਭਾਰਤ ਬਾਜੂ। 17 ਸਾਥੀ ਹੋ ਚੁੱਕੇ ਆ ਸਾਡੇ ਨਾਲ ਇਸ ਸਮੇਂ ਲਾਈਵ 'ਚ ਜੁੜ ਚੁੱਕੇ ਆ। ਸਾਥੀਓ ਬੜਾ ਤਗੜਾ ਖੁਲਾਸਾ ਕਰਨ ਜਾ ਰਹੇ ਹਾਂ, ਖੇਤਾਂ ਦੇ ਵਿੱਚ ਆਏ ਹੋਏ ਹਾਂ। ਅੱਜ ਤੁਹਾਨੂੰ ਦੱਸਾਂਗੇ ਵੀ ਆਮ ਤੌਰ 'ਤੇ ਅਸੀਂ ਸੋਸ਼ਲ ਮੀਡੀਆ 'ਤੇ ਨਾਟਕ ਬਣਾ ਕੇ ਪਾਉਂਦੇ ਹੁੰਦੇ ਹਾਂ, ਪਰ ਅੱਜ ਸਾਨੂੰ ਖੇਤਾਂ ਦੇ ਵਿੱਚ ਕਿਉਂ ਆਉਣਾ ਪੈ ਗਿਆ, ਇਹਦੇ ਬਾਰੇ ਆਪ ਜੀ ਨੂੰ ਜਾਣਕਾਰੀ ਦੇਵਾਂਗੇ ਕਿ ਅੱਜ ਸਾਨੂੰ ਕਿਉਂ ਇੱਥੇ ਆਉਣਾ ਪੈ ਗਿਆ ਵਾ। ਅਸੀਂ ਤਾਂ ਹਾਲੇ ਖਲੋਤੇ ਹਾਂ ਕਿਉਂਕਿ ਜਿੰਨਾ ਤੁਸੀਂ ਜਲਦੀ ਸ਼ੇਅਰ ਕਰ ਦਿਓਗੇ ਉਨੀ ਛੇਤੀ ਸਾਥੀ ਵੇਖਣ ਲੱਗ ਪੈਣਗੇ। ਜਦੋਂ ਵੇਖਣ ਲੱਗ ਪੈਣਗੇ ਸਾਥੀ ਤਾਂ ਅਸੀਂ ਫਿਰ ਵੀਡੀਓ ਨੂੰ ਸਟਾਰਟ ਕਰ ਦੇਵਾਂਗੇ, ਵੀਡੀਓ 'ਚ ਫਿਰ ਅਸੀਂ ਜਿਹੜਾ ਖੁਲਾਸਾ ਕਰਨਾ ਉਹ ਕਰਨਾ ਸ਼ੁਰੂ ਕਰ ਦੇਵਾਂਗੇ। ਸਾਥੀਓ ਜਿਵੇਂ ਤੁਸੀਂ ਪਿਛਲੇ ਦਿਨੀ ਵੇਖਿਆ ਹੀ ਆ ਵੀ ਆਪਾਂ ਵੀਡੀਓ ਪਾਈਆਂ ਸੀ ਦਾਸ ਗੁਰਸੇਵਕ ਗਿੱਲ ਅਤੇ ਉਹਨਾਂ ਦੀ ਟੀਮ ਨੇ, ਅਤੇ ਇੱਥੇ ਸਾਡੇ ਨਾਲ ਸਾਰੇ ਭਰਾ ਜੁੜੇ ਆ ਜਿੰਨੇ ਵੀ ਹੈਗੇ ਆ, ਸਾਰਿਆਂ ਨੂੰ ਬੇਨਤੀ ਆ ਕਿ ਅੱਜ ਸਾਨੂੰ, ਅਸੀਂ ਇੱਕ ਛੋਟੇ ਬੱਚੇ, ਅਸੀਂ ਸਮਾਜ ਦੇ ਵੀਰਾਂ ਨੂੰ ਇਹੋ ਬੇਨਤੀ ਕਰਦੇ, ਉਹਨਾਂ ਵੀਰਾਂ ਨੂੰ ਸਲਿਊਟ ਆ ਜਿਹੜੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਆ, ਉਹਨਾਂ ਵੀਰਾਂ ਨੂੰ ਸਾਡਾ ਤਹਿ ਦਿਲੋਂ ਸਲਿਊਟ ਆ ਉਹਨਾਂ ਵੀਰਾਂ ਨੂੰ। 27 ਵੀਰ ਜੁੜ ਚੁੱਕੇ ਆ, ਬਹੁਤ ਧੰਨਵਾਦ। ਹਾਂਜੀ ਹਾਂਜੀ ਹੁਣ ਆਪਾਂ ਸਟਾਰਟ ਕਰਦੇ ਹਾਂ ਖੁਲਾਸਾ, ਕਿ ਉਹ ਖੁਲਾਸਾ ਕੀ ਆ ਸਾਡਾ। ਇੱਥੇ ਵੀਰ ਜੀ ਇੱਥੇ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਆਣ ਕੇ ਕੈਮਰਾ ਫੜ ਲੈਣਾ ਅਤੇ ਆਪਾਂ ਕਰ ਲੈਂਦੇ ਹਾਂ, ਆਪਾਂ ਆਪ ਹੀ ਫੜ ਕੇ ਕਰਦੇ ਹਾਂ ਕੈਮਰਾ। ਅਤੇ ਬਹੁਤ ਸਾਰਾ ਲੋਕਾਂ ਵੱਲੋਂ ਸਪੋਰਟ ਮਿਲ ਰਹੀ ਆ, ਪਿਆਰ ਮਿਲ ਰਿਹਾ ਵਾ, ਇਹਨਾਂ ਦੇ ਪਿਆਰ ਸਦਕਾ ਵੀਰਾਂ ਦੇ ਆਪਾਂ ਜਿਹੜਾ ਵਾ ਇਸ ਸਮੇਂ ਇੱਥੇ ਬੈਠੇ ਹਾਂ ਵੀਰੋ, ਵੱਧ ਚੜ੍ਹ ਕੇ ਜਿਹੜਾ ਵੀਡੀਓ ਨੂੰ
शेयर लाइक ते कमेंट कर दो, शेयर लाइक ते कमेंट कर दो वध चढ़ के। ते 100 वीरां नूं इहो बेनती आ वी वध तों वध जिहड़ा लाइक करो पेज नूं। सो गुरसेवक सिंह गिल दे नां ते जिहड़ा असीं नवां पेज क्रिएट कीता वा ਉਹਨੂੰ ਵੱਧ ਤੋਂ ਵੱਧ ਲਾਈਕ ਅਤੇ ਫੋਲੋ ਕਰੋ ਤਾਂ ਜੋ ਵੱਧ ਤੋਂ ਵੱਧ ਚੜ੍ਹ ਸਕੇ। ਅੱਜ ਦਾ ਜਿਹੜਾ ਮੇਨ ਆਪਣਾ ਭਖਿਆ ਹੋਇਆ ਮੁੱਦਾ ਵਾ ਉਹਤੇ ਕਰਨ ਜਾ ਰਹੇ ਹਾਂ ਵਿਚਾਰ ਚਰਚਾ। ਸੋ ਵੀਰੋ ਵਿਚਾਰ ਚਰਚਾ ਬਹੁਤ ਤਿੱਖੀ ਹੋਵੇਗੀ, ਬਹੁਤ ਜ਼ਿਆਦਾ ਸਵਾਲ ਕੀਤੇ ਜਾਣਗੇ ਅੱਜ ਇਸ ਵਿਚਾਰ ਚਰਚਾ ਦੇ ਵਿੱਚ। ਆਪਾਂ ਦੱਸਾਂਗੇ ਕਿ ਅੱਜ ਪੰਜਾਬ ਸਰਕਾਰ ਨੇ ਕਿੰਨੀ ਕੁ ਡਿਵੈਲਪਮੈਂਟ ਕੀਤੀ ਆ, ਕਿੰਨਾ ਕੁ ਸਵੱਛ ਭਾਰਤ, ਹਾਂ ਕਿੰਨਾ ਕੁ ਸਵੱਛ ਭਾਰਤ ਬਣਾਉਣਾ ਵਾ ਤੁਹਾਡੇ ਸਾਹਮਣੇ। ਜਿਹੜਾ ਮੋਦੀ ਸਾਹਿਬ ਅੱਜ ਲਾਈਵ ਹੋਣ ਦੀ ਜ਼ਰੂਰਤ ਸਾਨੂੰ ਤਾਂ ਪੈ ਗਈ ਆ ਕਿਉਂਕਿ ਸਾਡੇ ਤੋਂ ਜਰਿਆ ਨਹੀਂ ਗਿਆ, ਕਿਉਂਕਿ ਜੋ ਅਸੀਂ ਤੁਹਾਨੂੰ ਹੁਣ ਦਿਖਾਉਂਦੇ ਵੱਡਾ ਖੁਲਾਸਾ ਕਰਾਉਂਦੇ ਹਾਂ। ਕਈ ਮੀਡੀਆ ਵਾਲੇ ਵੀਰ ਕਹਿੰਦੇ ਸੀ ਕਿ ਜਿਹੜਾ ਤੁਸੀਂ ਮੁੱਦੇ ਉਹ ਕਿੱਥੋਂ ਲੱਭ ਕੇ ਲਿਆਉਂਦੇ, ਅਸੀਂ ਆਖਿਆ ਅਸੀਂ ਸਮਾਜ 'ਚੋਂ ਮੁੱਦੇ ਲੱਭ ਕੇ ਲਿਆਉਂਦੇ ਹਾਂ। ਅੱਜ ਲਾਈਵ ਸਮਾਜ ਦੇ ਮੁੱਦੇ ਤੁਹਾਨੂੰ ਦਿਖਾਵਾਂਗੇ। ਇੱਧਰ ਇੱਧਰ ਪਹਿਲਾਂ ਤਾਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਕੈਮਰਾ ਇੱਧਰ ਕਰਨਾ, ਇੱਥੇ ਦਿਖਾਇਆ ਜਾਵੇ ਸੂਏ 'ਚ, ਸੂਏ 'ਚ ਕਿੰਨੀ ਗੰਦਗੀ ਆ। ਇਸੇ ਪ੍ਰਕਾਰ ਸਾਨੂੰ ਝਬਾਲ ਹੋਰ ਕਈ ਥਾਵਾਂ ਤੋਂ ਜਿਹੜੇ ਆ ਫੋਨ ਕਾਲ ਆਏ, ਇੱਥੇ ਇੰਨੀ ਗੰਦਗੀ ਆ ਕਿ ਆਪਾਂ ਜਿਹੜਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ, ਇੰਨੀ ਇੱਥੇ ਗੰਦਗੀ ਹੋਈ ਫਿਰਦੀ ਆ। ਅਤੇ ਆਪਾਂ ਦੇਖ ਸਕਦੇ ਹਾਂ ਸੂਇਆਂ ਦਾ ਅੱਜ ਕੀ ਹਾਲ ਹੈ। ਆਪਾਂ ਪਿਛਲੇ ਦਿਨੀ ਡਿਬੇਟ ਦੇ ਵਿੱਚ ਦੱਸਿਆ ਸੀ ਸੂਇਆਂ ਦਾ ਹਾਲ, ਮੇਰੇ ਹਿਸਾਬ ਨਾਲ ਮੈਂ ਇੱਕ ਆਪਣੇ ਸਾਥੀ ਦੇਖ ਲਵਾਂ ਕਿੰਨੇ ਜੁੜੇ ਆ ਸਾਡੇ ਨਾਲ। ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਪਹਿਲਾਂ ਤਾਂ ਥੱਲੇ ਦਿਖਾਉਣ, ਆਪਾਂ ਖੁਦ ਆਪ ਥੱਲੇ ਉਤਰ ਕੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕੀ ਹਾਲਾਤ ਨੇ ਇੱਥੋਂ ਦੇ ਇਸ ਸਮੇਂ ਕੀ ਕੰਡੀਸ਼ਨ ਬਣੀ ਹੋਈ ਹੈ। ਥੱਲੇ ਉੱਤਰ ਜਾਂਦੇ ਹਾਂ ਆਪਾਂ, ਤੁਹਾਨੂੰ ਦਿਖਾ ਦਿੰਦੇ ਹਾਂ ਕੀ ਕੰਡੀਸ਼ਨ ਹੈ। ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਵਾਂ ਕਿ ਇੱਧਰ ਵੀ ਦਿਖਾ ਦੇਣਾ ਕਿ ਇਸ ਸਮੇਂ ਕੀ ਕੰਡੀਸ਼ਨ ਬਣੀ ਹੋਈ ਹੈ। ਗੋੜੇ ਗੋੜੇ ਇੱਧਰ ਦੇਖੋ, ਕਿਤੇ ਸੁੱਖਾ ਦੇ ਸਾਡੇ ਮੂੰਹ 'ਚ ਮੱਛਰ ਕਰ ਰਹੇ ਹਨ, ਇੰਨਾ ਮੱਛਰ ਕਿ ਲਾਗੇ ਇੱਥੇ ਬਾਈਕਾਂ ਵਾ, ਲਾਗੇ ਇੱਥੇ ਡੇਂਗੂ ਡੇਂਗੂ ਇੰਨਾ ਮਲੇਰੀਆ ਹੋਣ ਡਰ ਇੱਥੋਂ ਇਸ ਚੀਜ਼ ਦੇ ਲੱਗੋ। ਇਸ ਲਈ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਨਾਲ ਹੁਣ ਦਿਖਾਉਣ ਕੀ ਹਾਲ ਅੱਜ ਸੂਇਆਂ ਦਾ, ਅੱਜ ਕਿੰਨੀ ਮੰਦਲੀ ਹਾਲਤ ਹੋਈ ਪਈ ਆ। ਅੱਜ ਦਾਸ ਗੁਰਸੇਵਕ ਸਿੰਘ, ਹਰਮਨਦੀਪ ਸਿੰਘ, ਮਹਿਕਦੀਪ ਸਿੰਘ ਹੋਰ ਇੱਧਰ ਦੇਖੋ ਸੂਏ ਟੁੱਟੇ ਪਏ ਆ, ਇੱਧਰ ਕਿੰਨੀ ਮੰਦੀ ਹਾਲ। ਇੱਧਰ ਮੈਂ ਗਾੜੀ ਵੀ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਜਾਣ ਤੇ ਦਿਖਾਉਣ ਕਿ ਇੱਧਰ ਸੂਏ ਅੱਜ ਟੁੱਟੇ ਆ, ਤੇ ਆਹ ਜਿਹੜੇ ਮੋਗਿਆ ਥਾਣੀਆਂ ਦੀ ਪਾਣੀ ਜਾਣਾ ਸੀ ਉਹ ਵੀ ਬੰਦ ਹੋਏ ਪਏ ਆ। ਹਾਂ ਗੋੜੇ ਗੋੜੇ ਦੇ ਮਿੱਟੀ ਤੇ ਕੋਈ ਸੁਵਿਧਾ ਨਹੀਂ ਆ ਇੱਥੇ ਵੀ ਸਾਫ਼ ਸਫਾਈ ਦੀ। ਅਗਲੇ ਬੰਨੇ ਦਿਖਾਇਆ ਜਾਵੇ ਬੇਰੀ ਪਈ ਆ ਕੰਡਿਆਂ ਵਾਲੀ ਬੇਰੀ ਪਈ ਅਗਲੇ ਬੰਨੇ ਦਿਖਾਇਆ ਜਾਵੇ। ਇਸ ਲਈ ਸੂਏ ਤੋਂ ਅੱਜ ਲਾਈਵ ਹੋ ਗਏ ਆ। ਅੱਜ ਲਾਈਵ ਹੋਣ ਦੀ ਨੌਬਤ ਕਿਉਂ ਆਈ ਆ, ਕਿਉਂਕਿ ਜੇ ਸਾਡੀਆਂ ਸਰਕਾਰਾਂ ਵੀਰੋ ਵਧੀਆ ਹੋਣ, ਪਹਿਲਾਂ ਇਹ ਵੀਰਾਂ ਨੂੰ ਬੇਨਤੀ ਕਰ ਦੇਣਾ ਚਾਹੁੰਦਾ ਵਾਂ ਕਿ ਦੱਬ ਕੇ ਸ਼ੇਅਰ ਕਰ ਦੇਣ। ਇਹ ਤਾਂ ਜਿਹੜੀ ਹੁਣੇ ਨਿਊਜ਼ ਖਬਰ ਆ ਰਹੀ ਆਪਣੇ ਕੋਲ ਇੱਥੇ, ਮੈਂ ਦੇਖ ਰਿਹਾ ਸਾਂ ਮੋਬਾਈਲ ਫੋਨ 'ਤੇ ਕਿ ਹੁਣੇ ਇੱਕ ਨਵੀਂ ਜਿਹੜੀ ਖਬਰ ਆ ਗਈ ਹੈ ਕਿ ਟਿੱਡੀ ਦਲ ਜਿਹੜਾ ਵਾ ਦਿੱਲੀ ਤੋਂ ਆ ਰਿਹਾ ਹੈ। ਪਰ ਇਹ ਸਰਕਾਰ ਅੱਜ ਕਿਸਾਨਾਂ ਲਈ ਕੁਝ ਵੀ ਨਹੀਂ ਸੋਚ ਰਹੀ। ਅੱਜ ਸਰਕਾਰ ਕੇਵਲ ਤੇ ਕੇਵਲ ਲੁੱਟਣ ਵੱਲ ਤੁਰੀ ਹੋਈ ਆ, ਲੁੱਟਣ ਵੱਲ ਤੁਰੀ ਹੋਈ। ਅੱਜ ਇਹ ਲੁੱਟ ਕੇ ਖਾ ਲੈਣ ਪੰਜਾਬ ਨੂੰ, ਇੰਨਾ ਹੀ ਵਾਧੂ ਆ, ਇੰਨਾ ਕੁਝ ਨਹੀਂ ਕਰਨਾ। ਅੱਜ ਅਸੀਂ ਛੋਟੇ ਛੋਟੇ ਬੱਚੇ ਲਾਈਵ ਹੋ ਕੇ ਰੌਲਾ ਪਾ ਰਹੇ ਹਾਂ। ਵੀਰਾਂ ਨੂੰ ਬੇਨਤੀ ਆ ਕਿ ਵੀਰੋ ਇੱਕ ਸ਼ੇਅਰ ਦੇ ਨਾਲ ਬਹੁਤ ਸਾਰੇ ਕਿਸਾਨ ਵੀਰਾਂ ਦੀ ਜਿਹੜੀ ਮੰਗ ਆ ਤੇ ਸੁਣੀ ਜਾ ਸਕਦੀ ਆ। ਇੱਕ ਮੈਂ ਤੁਹਾਨੂੰ ਹੋਰ ਵੀਡੀਓ ਦਿਖਾਉਣਾ ਵਾ, ਜਲਦੀ ਜੁੜੋ ਜਲਦੀ। ਮੈਨੂੰ ਨਾਂ ਨਹੀਂ ਦੱਸ ਲੋ, ਉਸ ਪਿੰਡ ਦਾ ਚੇਤਾ ਆ ਰਿਹਾ, ਸਾਥੀ ਯਾਦ ਕਰਾਉਣ, ਖੇਮ ਕਰਨ ਤੋਂ ਇੱਕ ਵੀਡੀਓ ਆਈ ਆ ਮੇਰੇ ਕੋਲ, ਸੁਬਾ ਹੀ ਇਹ ਮੁੱਦਾ ਹਾਲੇ ਆਇਆ ਵਾ। ਕੈਮਰਾਮੈਨ ਨੂੰ ਬੇਨਤੀ ਆ ਦਿਖਾਉਣ ਇੱਟਾਂ ਪਈਆਂ ਵਿੱਚ, ਕੈਮਰਾਮੈਨ ਨੂੰ ਬੇਨਤੀ ਆ ਕਿ ਆਹ ਵੀਡੀਓ ਨੂੰ ਦਿਖਾਉਣ, ਇੱਟਾਂ ਪਈਆਂ ਵਾ। ਮੇਰੇ ਹਿਸਾਬ ਨਾਲ ਇੱਥੇ ਸਾਫ਼ ਨਹੀਂ ਆ ਰਹੀ ਵੀਡੀਓ, ਤੁਹਾਨੂੰ ਮੈਂ ਹੁਣ ਦਿਖਾਉਂਦਾ। ਇੱਧਰ ਦੇਖੋ ਕਿਤੇ ਗੋੜੇ ਮਾਰ ਇੱਟਾਂ ਦੇ, ਕਿਤੇ ਇੱਧਰ ਦੇਖੋ ਵਿੱਚ ਰੋੜੇ ਪਏ ਆ, ਸਰਕੜਾ ਉੱਗਿਆ ਪਿਆ ਵਾ। ਜੋ ਐ ਸੂਏ ਦਾ ਹਾਲ ਆ ਉਹੋ ਹੀ ਇਹ ਸੂਏ ਦਾ। ਅੱਜ ਅਸੀਂ ਮਾਝੇ ਤੋਂ ਲਾਈਵ ਹੋਏ ਹਾਂ, ਮਾਝੇ ਤੋਂ ਦੇਖ ਲਓ ਵੀਡੀਓ, ਮਾਝੇ ਤੋਂ ਲਾਈਵ ਹੋਏ ਪਏ ਹਾਂ। ਅਤੇ ਪਰ ਗੱਲ ਕੀ ਆ, ਹਾਲਾਤ ਇੰਨੇ ਮੰਦਲੇ ਨੇ ਕਿ ਅੱਜ ਦੱਸਣ ਯੋਗ ਨਹੀਂ। ਸਾਡੇ ਸਿਆਣੇ ਵੀ ਕਹਿੰਦੇ ਹੁੰਦੇ ਸੀ ਕਿ
ਜਦੋਂ ਇੱਥੇ ਪਾਣੀ ਆਉਂਦਾ ਹੁੰਦਾ ਸੀ ਨਾ ਕੱਚਿਆਂ ਸੂਬਿਆਂ ਦੇ ਵਿੱਚ, ਅੱਛਾ ਜੀ, ਉਦੋਂ ਇਕੱਲੇ ਜਾਣੇ ਤੋਂ ਜੇ ਮੂੰਹ ਟੁੱਟ ਜਾਣਾ ਤੇ ਉਹ ਨਹੀਂ ਵੱਜਦਾ ਹੁੰਦਾ। ਬਾਪੂ ਜੀ ਕੁਝ ਬੋਲ ਰਹੇ, ਬਾਪੂ ਜੀ ਦੇ ਕੋਲ ਆਪਾਂ ਚਲੇ ਚੱਲਦੇ, ਉਹਨਾਂ ਨੂੰ ਪਰੇਸ਼ਾਨ ਕੀ ਕਰਨਾ ਵਾ। ਕਾਫੀ ਬਿਰਧ ਬਾਪੂ ਜੀ ਨੇ, ਬਾਪੂ ਜੀ ਸਤਿ ਸ੍ਰੀ ਅਕਾਲ, ਬਾਪੂ ਜੀ ਸਤਿ ਸ੍ਰੀ ਅਕਾਲ ਜੀ, ਸਿਹਤਾਂ ਕਿਵੇਂ? ਠੀਕ ਆ ਜੀ। ਤੇ ਬਾਪੂ ਜੀ ਆਪਾਂ ਕਿਸਾਨ ਪਰਿਵਾਰ ਨਾਲ ਸੰਬੰਧਿਤ ਆ। ਹਾਂਜੀ ਹਾਂਜੀ। ਬਾਪੂ ਜੀ ਇਹ ਦੱਸਿਆ ਜਾਵੇ ਲਾਈਵ ਚੱਲ ਪਾਣੀ ਫੁੱਲ ਆਉਂਦਾ ਸੀ। ਤੁਹਾਡੀ ਉਮਰ ਕਿੰਨੀ ਕੁ ਸਰ? ਆਪ ਜੀ ਦੀ ਉਮਰ ਕਿੰਨੀ ਹੈ? ਅੱਸੀ ਸਾਲ ਦੇ ਕਰੀਬ ਉਮਰ ਹੈਗੀ। 80 ਸਾਲ ਉਮਰ ਦੱਸ ਰਹੇ ਨੇ ਆਪਣੀ, ਤੇ ਬਹੁਤ ਲੰਮਾ ਤਜਰਬਾ ਜ਼ਿੰਦਗੀ ਦਾ। ਅੰਕਲ ਜੀ ਖਲੋਤੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ। ਅੰਕਲ ਜੀ ਸਤਿ ਸ੍ਰੀ ਅਕਾਲ। ਅੰਕਲ ਜੀ ਤੁਸੀਂ ਕੀ ਦੱਸਣਾ ਚਾਹੁੰਦੇ? ਜਿਹੜਾ ਜਦੋਂ ਸੂਆ ਕੱਚਾ ਸੀ, ਆਪ ਜੀ ਉਦੋਂ ਇੱਥੇ ਸਨ? ਹਾਂਜੀ, ਜਦੋਂ ਕੱਚਾ ਸੂਆ ਸੀ ਉਦੋਂ ਇੱਥੇ ਦੋ ਜਾਣੇ ਲਾ ਕੇ ਮੂੰਹਾਂ ਬੰਦ ਹੀ, ਸੂਆ ਮੂੰਹਾਂ ਨਹੀਂ ਵੱਜਦਾ ਹੁੰਦਾ। ਜੀ ਜੀ ਜੀ, ਮੈਨੂੰ ਕਿ ਅੱਜ ਪਾਣੀ ਆਏ ਨੂੰ ਕਿੰਨਾ ਸਮਾਂ ਹੋ ਚੁੱਕਿਆ? ਪਾਣੀ ਆਏ ਨੂੰ ਇੱਥੇ ਘੱਟੋ ਘੱਟ ਵੀ 15-16 ਸਾਲ ਹੋ ਗਏ। ਜ਼ਿਆਦਾ ਹੋ ਗਏ, 18-19 ਸਾਲ ਹੀ ਹੋ ਗਏ। ਠੀਕ ਹੈ, 18-19 ਸਾਲ ਬਾਪੂ ਜੀ ਦਾ ਕਾਫੀ ਸਾਲ। ਕਿੱਥੇ ਆਏ ਜਾਂ 18-19 ਸਾਲ? ਆਹ ਵੇਖੋ ਅੱਗੇ ਝੋਨੇ ਵੀ ਸੁੱਕ ਗਏ। ਖਲਾਈ ਹੋਈ ਨਹੀਂ, ਖਲਾਈ ਹੋਈ ਨਹੀਂ ਇੱਥੇ ਜੀ, ਕੋਈ ਖਲਾਈ ਨਹੀਂ ਆ, ਕੋਈ ਇਹਦੀ ਸੁਣਵਾਈ ਨਹੀਂ ਆ। ਇੱਕ ਹੋਰ ਗੱਲ ਕਿਸਾਨ ਵੀਰਾਂ ਤੋਂ ਇਹ ਸਾਹਮਣੇ ਆਈ ਆ ਸਾਨੂੰ ਸੁਣਨ ਦੇ ਵਿੱਚ, ਵੀ ਕਾਗਜ਼ਾਂ ਦੇ ਵਿੱਚ, ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਸਾਡੇ ਨਾਲ ਆਉਣ, ਵੀ ਕਾਗਜ਼ਾਂ ਦੇ ਵਿੱਚ ਇਸ ਸੂਏ ਦੀ ਖਲਾਈ ਪਤਾ ਹੀ ਨਹੀਂ ਕਿੰਨੀ ਕੁ ਵਾਰ ਹੋ ਚੁੱਕੀ ਆ, ਪਤਾ ਹੀ ਨਹੀਂ। ਜਿਹੜਾ ਪੈਸਾ ਪੈਸਾ ਅਧਿਕਾਰੀ ਆ ਵੀ ਖਾ ਜਾਂਦੇ ਆ, ਉਹ ਖਲਾਈ ਜਿਹੜੀ ਆ ਕਾਗਜ਼ਾਂ ਦੇ ਵਿੱਚ ਕਰ ਦੋਗੇ ਵੀਰੋ, ਤੇ ਇਹ ਉਸ ਓਚਰ ਦਾ ਅਧਿਕਾਰੀਆਂ ਕੋਲੇ ਵੀਡੀਓ ਚੱਲ ਜੂਗੀ। ਅੱਜ ਸਰਕਾਰ ਕਹਿ ਰਹੀ ਹੈ ਕਿ ਝੋਨਾ, ਅੱਜ ਆਪਾਂ ਦੇਖ ਸਕਦੇ ਇੱਥੇ ਝੋਨੇ ਦੀ ਫਸਲ ਹੈ, ਝੋਨੇ ਦੀ ਫਸਲ ਨੂੰ ਇਸ ਸਮੇਂ ਝੋਨੇ ਦੀ ਫਸਲ ਲੱਗ ਚੁੱਕੀ ਹੈ, ਪਰ ਪਾਣੀ ਹਾਲੇ ਤੀਕਰ ਨਹੀਂ ਸੂਏ ਦੇ ਵਿੱਚ ਹੈਗਾ। ਇਹ ਜਿਹੜੀਆਂ ਸਰਕਾਰਾਂ ਇਹ ਕਹਿੰਦੀਆਂ ਅਸੀਂ ਸੂਇਆਂ 'ਚ ਪਾਣੀ ਦੇਵਾਂਗੇ, ਕਿਹੜਾ ਸੂਇਆਂ 'ਚ ਇੰਨਾ ਪਾਣੀ ਦਿੱਤਾ ਵਾ? ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਸਾਡੇ ਨਾਲ ਆਉਣ, ਅਸੀਂ ਇਕੱਲੀ ਇਕੱਲੀ ਚੀਜ਼ ਦਿਖਾਵਾਂਗੇ, ਅੱਜ ਵੱਡਾ ਖੁਲਾਸਾ ਕਰਾਂਗੇ, ਲਾਈਵ ਖੁਲਾਸਾ ਸਾਰਿਆਂ ਨੂੰ ਨਾਲੇ ਪਤਾ ਲੱਗੇ। ਸਰਕਾਰਾਂ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਸਰਕਾਰਾਂ ਤੀਕਰ ਇਸ ਸੱਚਾਈ ਦਾ ਪਤਾ ਲੱਗ ਸਕੇ ਸਰਕਾਰਾਂ ਨੂੰ। ਇੱਟਾਂ ਟੁੱਟ ਗਈਆਂ ਜੀ, ਇੱਟਾਂ ਟੁੱਟ ਗਈਆਂ, ਤੁਸੀਂ ਦੇਖ ਸਕਦੇ ਇੱਥੇ ਇੱਟਾਂ ਨੀ ਹੈਗੀਆਂ। ਪੱਕੇ ਗਰਾਉਂਡ ਦਾ ਕੀ ਫਾਇਦਾ ਜੇ ਵਿੱਚ ਘਾਹ ਹੀ ਉੱਗਣਾ ਇਹਦੇ? ਅੱਗੇ ਤੁਹਾਨੂੰ ਮੈਂ ਟਾਲੀਆਂ ਦਿਖਾਉਣਾ, ਕੈਮਰਾਮੈਨ ਮੇਰੇ ਨਾਲ ਆਉਣ, ਸਾਰਾ ਖੁਲਾਸਾ ਖਤਮ ਕਰ ਦਿੱਤਾ ਵਾ। ਅੱਜ ਕਿਸਾਨ ਦਾ ਜਿਹੜਾ ਦਾਲਾਂ ਦਾ ਰੇਟ ਵੀ ਨਹੀਂ ਉਹਨੂੰ ਸਹੀ ਮਿਲਣਾ। ਅੱਜ ਜੋ ਕਿਸਾਨ ਦੀ ਹਾਲਤ ਆ ਉਹਦੇ ਆਪਾਂ ਸਾਰੇ ਭਲੀ ਭਾਂਤ ਜਾਣਦੇ ਆ।
ਅੱਗੇ ਪੰਜ ਪੰਜ ਦਸ ਦਸ ਕਿੱਲੇ ਕਿਸਾਨ ਝੋਨਾ ਲਾਉਂਦੇ ਹੁੰਦੇ ਸੀ, ਹੁਣ ਪਾਣੀ ਦੇ ਦੁੱਖੋਂ ਕਿੱਲਾ ਕਿੱਲਾ ਵੀ ਲਾਉਂਦੇ। ਜੀ 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 ਆਪਾਂ ਅੰਕਲ ਜੀ ਤੋਂ ਪੁੱਛ ਲੈਂਦੇ ਹਾਂ ਕਿ ਬੋਰ ਕਿੰਨੇ ਫੁੱਟ ਹੈ ਭਾਜੀ, ਬੋਰ ਕਿੰਨੇ ਫੁੱਟ ਹੈ? ਬੋਰ ਜੀ ਆਪਣਾ ਹੁਣ 350 ਫੁੱਟ ਡੂੰਘਾ ਹੋਇਆ ਵਾ। ਜੀ 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 ਪਾਣੀ ਇੰਨੇ ਥੱਲੇ ਚਿਲ ਗਏ ਆ, ਪਾਣੀ ਦਾ ਤੇ ਹੁਣ ਸਰਨ ਹੀ ਨਹੀਂ ਦਿਆ। ਅਸਲੋਂ ਬੰਬੀਆਂ ਪਾਣੀ ਵੀ ਘੱਟ ਕੱਢਣ ਡੈ ਗਈਆਂ। ਗੌਰਮੈਂਟ ਇਹਦੇ ਬਾਰੇ ਕੋਈ ਧਿਆਨ ਦੇਵੇ, ਇਹਦੇ ਬਾਰੇ ਕੋਈ ਖੁਲਾਸਾ ਕਰੇ, ਅਸੀਂ ਹਰ ਇੱਕ ਨੂੰ ਆਨੇ ਆ। ਇਹ ਚਾਰ ਪਰਤਾਂ ਤੇ ਜੀ ਟੱਚ ਕਰ ਗਈ ਹੈ, ਹਾਂਜੀ ਚਾਰ ਪਰਤਾਂ ਹੁੰਦੀਆਂ ਪਾਣੀ ਦੀਆਂ, ਤੇ ਤੀਜੀ ਪਰਤ ਨੂੰ ਟੱਚ ਕਰ ਚੁੱਕਿਆ ਇਹਨਾਂ ਦਾ ਬੋਰ, ਤੇ ਆਪਾਂ ਦੇਖ ਸਕਦੇ ਇੰਨੀ ਮੰਦੀ ਹਾਲ ਆ। ਪੰਜਾਬ ਦੇ ਵੀਰਾਂ ਨੂੰ ਬੇਨਤੀ ਆ, ਵੀਰੋ ਦੱਬ ਕੇ ਵੀਡੀਓ ਨੂੰ ਲਾਈਕ ਤੇ ਵੋਟਾਂ ਲੈਣ ਆਉਂਦੇ ਉਦੋਂ ਹੀ ਆਉਂਦੇ ਆ, ਦੱਬ ਕੇ ਜਦੋਂ, ਕਿਉਂਕਿ ਵੋਟਾਂ ਲੈਣ ਆਉਂਦੇ ਉਦੋਂ ਹੀ ਇਹ ਮੰਤਰੀ ਆਉਂਦੇ ਆ, ਉਦੋਂ ਹੀ ਇਹ ਸਾਹਮਣੇ ਆਉਂਦੇ ਆ, ਵੋਟਾਂ ਲੈਣ ਦੱਬ ਕੇ ਵੀਡੀਓ ਸ਼ੇਅਰ ਕਰੋ। ਉਦੋਂ ਤੇ ਜੀ ਅਸੀਂ ਤੁਹਾਡੇ ਸੂਬਿਆਂ 'ਚ ਪਾਣੀ ਲਿਆਵਾਂਗੇ, ਸਾਨੂੰ ਵੋਟਾਂ ਪਾ ਦਿਓ। ਆਪਣੇ ਰੁੱਖ ਸੀ ਪਰ ਅੰਬਾਂ ਦੇ ਰੁੱਖ ਅੱਜ ਖਤਮ ਹੋ ਗਏ ਆ। ਅੱਜ ਆ ਪਹਾੜੀ ਕਿੱਕਰਾਂ ਵੇਖ ਲਓ, ਪਹਾੜੀ ਕਿੱਕਰਾਂ ਰਹਿ ਗਈਆਂ ਇੱਥੇ ਸਿਰਫ, ਅੱਜ ਅੰਬਾਂ ਦੇ ਖੇਤ ਖਤਮ ਹੋ ਗਏ ਆ। ਤੇ ਉਹ ਵੀ ਸਮਾਂ ਵੀਰੋ ਦੂਰ ਨੀ ਜਿੱਦਣ ਪੰਜਾਬ ਜਿਹੜਾ ਵਾ ਸਾਡਾ ਜਿਹੜਾ ਬੰਜਰ ਹੋ ਜਾਊਗਾ, ਜਿੱਦਣ ਪੰਜਾਬ ਦੇ ਵਿੱਚ ਪਾਣੀ ਨਹੀਂ ਰਹਿਣਾ, ਰਾਜਸਥਾਨ ਨਾਲ ਕੋਈ ਘੱਟ ਹਾਲਾਤ ਨਹੀਂ ਹੋਣ ਵਾਲੇ, ਕਿਉਂਕਿ 300 ਫੁੱਟ ਤੇ ਸਾਢੇ 300 ਫੁੱਟ ਦੇ ਜਾ ਕੇ ਬੋਰ ਇੱਕ ਸਾਲ ਨੂੰ ਰਾਜਸਥਾਨ ਨੂੰ ਰਾਜਸਥਾਨ ਵਾਲਾ ਹਿਸਾਬ ਬਣ ਜੂ ਪੰਜਾਬ ਦਾ ਵੀ ਗਏ। ਜਦੋਂ ਅਸੀਂ ਤੁਰਦੇ ਹਾਂ ਹਰੀਕੇ ਪੱਤਾਂ, ਕਿਉਂਕਿ ਮੈਂ ਮਾਝੇ ਤੋਂ ਗੱਲ ਕਰ ਰਿਹਾ ਵਾਂ, ਮੈਂ ਮਾਝੇ ਦੀ ਗੱਲ ਕਰ ਰਿਹਾ ਵਾਂ, ਹੈਗਾ ਤਾਂ ਸਾਰੇ ਪੰਜਾਬ ਦਾ ਹੀ ਹਾਲ ਇਹ ਹੈ, ਪਰ ਮੈਂ ਉਦਾਹਰਨ ਦੇ ਤੌਰ 'ਤੇ ਮਾਝੇ ਦੀ ਮਿਸਾਲ ਦਿੰਦਾ ਵਾਂ ਕਿ ਜਦੋਂ ਹਰੀਕਿਆਂ ਤੋਂ ਤੁਰ ਪਈਏ ਤਾਂ ਅੰਬਰ ਸ੍ਰੀ ਅੰਮ੍ਰਿਤਸਰ ਸਾਹਿਬ ਤੀਕਰ ਕੋਈ ਰਾਜ ਨਲਕਾ ਨਹੀਂ ਲੱਭਦਾ, ਕੋਈ ਟੂਟੀ ਨਹੀਂ ਲੱਭਦੀ। ਇੱਕ ਦਿਨ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੇ ਸਾਂ, ਅਤੇ ਅਸੀਂ ਸੋਚਿਆ ਵੀ ਰਾਜ ਕੋਈ ਨਲਕਾ ਹੋਊ, ਕੋਈ ਟੂਟੀ ਹੋਊ, ਕੋਈ ਨਲਕਾ ਨਹੀਂ ਲੱਭਿਆ, ਕੋਈ ਟੂਟੀ ਨਹੀਂ ਲੱਭੀ। ਅੱਜ ਸਰਕਾਰ ਕਹਿ ਰਹੀ ਆ ਅਸੀਂ ਬੜੇ ਤਗੜੇ ਕਰਤਾ, ਉਹ ਕਰਤਾ, ਯੋਂ ਕਰਤਾ, ਅੱਜ ਕਰ ਸਰਕਾਰ ਕੁਝ ਵੀ ਨਹੀਂ ਰਹੀ ਆ। ਸਾਥੀ ਕਿੰਨੇ ਜੁੜ ਗਏ ਦੱਸਿਓ? ਕਾਫੀ ਜੁੜ ਗਏ ਆ। ਜੀ 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 ਵੀਰਾਂ ਨੂੰ ਬੇਨਤੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣ। ਸਾਥੀ ਜੀ ਉੱਪਰ ਆ ਜਾਓ, ਕਿਉਂ ਇੱਥੇ ਸੱਪ ਸਲੂਪੀ ਬੜੇ ਸੁਣਦੇ ਆ। ਇੱਥੇ ਇੱਕ ਹੋਰ ਭਾਜੀ ਜੀ ਆ ਗਏ, ਉਹਨਾਂ ਨਾਲ ਵੀ ਗੱਲ ਕਰਦੇ ਆ। ਕਹੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੰਕਲ ਜੀ ਆਪ ਜੀ ਦੀ ਕਿੰਨੇ ਸਾਲ ਉਮਰ ਹੈ? ਮੇਰੀ 40 ਸਾਲ ਉਮਰ ਹੋ ਗਈ ਜੀ। ਹਾਂਜੀ ਆਪ ਜੀ ਕੀ ਦੱਸਣਾ ਚਾਹੁੰਦੇ? ਜਦੋਂ ਇਹ ਸੂਆ ਕੱਚਾ ਸੀ ਤਾਂ 20 ਸਾਲ ਹੋ ਗਏ ਆ ਮੈਨੂੰ ਵੇਖਦੇ ਨੂੰ। ਪਹਿਲਾਂ ਜਦੋਂ ਸੂਆ ਕੱਚਾ ਹੁੰਦਾ ਸੀ ਉਦੋਂ ਬੜਾ ਪਾਣੀ ਆਉਂਦਾ ਸੀ, ਇਹ ਜਦੋਂ ਦਾ ਪੱਕਾ ਆ ਗਿਆ ਉਦੋਂ ਦਾ ਇੱਥੋਂ ਦਾ ਬੇੜਾ ਗਰਕ ਹੋ ਗਿਆ, ਟਾਹਲੀਆਂ ਉੱਗ ਗਈਆਂ, ਲਾਈਵ ਵੀਡੀਓ ਚੱਲਣ ਦੀ ਆ ਲਾਈਵ, ਤੇ ਟਾਹਲੀਆਂ ਲੋਕੀ ਵੱਢ ਕੇ ਲੈ ਜਾਂਦੇ, ਉਹ ਫੇਰ ਪੁੰਗਰ ਜਾਂਦੀਆਂ, ਪਾਣੀ ਜਿਹੜੇ ਠਾਂ ਤੁਰੇ ਜਾਂਦੇ ਬੋਰਾਂ ਤੇ, ਰਾਜਸਥਾਨ ਬਣਿਆ ਤੇ ਸਰਕਾਰਾਂ ਕੁਛ ਨਹੀਂ ਕਰ ਰਹੀਆਂ ਇਹਦੇ ਵਿੱਚ। ਜੀ ਮੈਨੂੰ ਕਿ ਜਦੋਂ ਦਾ ਪੱਕਾ ਹੋਇਆ ਸੂਆ ਤੇ ਖਲਾਈ ਨਹੀਂ ਹੋਈ ਉਦੋਂ? ਨਾ ਉਦੋਂ ਦੀ ਖਲਾਈ ਹੋਈ ਆ ਨਾ ਉਦੋਂ ਦਾ ਪਾਣੀ ਆਇਆ ਵਾ, ਜਦੋਂ ਕੱਚਾ ਆਉਂਦਾ ਸੀ ਉਦੋਂ ਪਾਣੀ ਬਹੁਤ ਆਉਂਦਾ ਹੁੰਦਾ ਜੀ। ਅਸੀਂ ਇਹ ਵੀ ਗੱਲ ਸੁਣੀ ਆ ਕਾਗਜ਼ਾਂ ਤੇ, ਕਈ ਵਾਰੀ ਪੱਕਾ ਹੋ ਗਿਆ ਕਾਗਜ਼ਾਂ ਦੇ ਵਿੱਚ, ਬਹੁਤ ਪੱਕਾ ਹੋ ਗਿਆ ਪਰ ਕਈ ਵਾਰ ਪੱਕਾ ਹੋ ਗਿਆ ਪਰ ਨਹੀਂ, ਇਹ ਪੱਕੇ ਦਾ ਸਿਰਫ ਨਾਂ ਹੀ ਆ ਵੀ ਸੂਆ। ਅੱਗੇ ਜਾ ਕੇ ਵੇਖੋ ਫਿਰ ਟਾਹਲੀਆਂ ਹੋ ਗਈਆਂ, ਝੋਨਾ ਸੁੱਕ ਰਿਹਾ ਵਾ, ਝੋਨਾ ਸੁੱਕ ਰਿਹਾ। ਕੈਮਰਾਮੈਨ ਨੂੰ ਕਹਿਣਾ ਚਾਹੁੰਦੇ ਆ ਸਾਹਮਣੇ ਦਿਖਾਉਣ, ਝੋਨਾ ਅੱਜ ਸੁੱਕ ਰਿਹਾ ਹੈ ਪਰ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਕੈਮਰਾਮੈਨ ਸਾਡੇ ਨਾਲ ਉੱਪਰ ਆਉਣ, ਉੱਪਰ ਆਉਣ ਕੈਮਰਾਮੈਨ, ਅਸੀਂ ਕੁਝ ਅਨਮੋਲ ਜਿਹੜੇ ਉਹਨਾਂ ਨੇ ਗੱਲਾਂ ਕਰ ਰਹੀਆਂ ਚਾਹੁੰਦੇ ਆ ਆਪਣੇ ਸਾਥੀਆਂ ਨਾਲ। ਬੇਨਤੀ ਹੈ ਕੈਮਰਾਮੈਨ ਨੂੰ ਕਿ ਉੱਪਰ ਆ ਜਾਣ, ਤੇ ਅਸੀਂ ਜਿਹੜੇ ਅੱਜ ਅਨਮੋਲ ਜਿਹੜੀਆਂ ਗੱਲਾਂ ਝੜਨਾ ਕਰਨ ਜਾ ਰਹੇ ਹਾਂ। ਵੀਰਾਂ ਦਾ ਬਹੁਤ ਸਪੋਰਟ ਮਿਲ ਰਹੀ ਹੈ, ਵੀਰਾਂ ਦੀ ਦੱਬ ਕੇ ਵੀਰੋ ਵੀਡੀਓ ਨੂੰ ਸ਼ੇਅਰ ਕਰ ਦਿਓ, ਗਰੁੱਪਾਂ ਦੇ ਵਿੱਚ ਪਾ ਦਿਓ। ਜੇ ਅੱਜ ਆਪਾਂ ਟਿਕਟੋਕ ਵਰਗੇ ਹਾਂ ਜਾਂ ਇੰਸਟਾਗ੍ਰਾਮ 'ਤੇ ਕੋਈ ਵੀਡੀਓ ਚੜ੍ਹਦੀ ਆ ਉਹਨੂੰ ਦੱਬ ਕੇ ਸ਼ੇਅਰ ਕਰੀਦਾ, ਪਰ ਵੀਰਾਂ ਨੂੰ ਬੇਨਤੀ ਜੇ ਅੱਜ ਆਹ ਆਪਾਂ ਵੀਡੀਓ ਨਹੀਂ ਤਾਂ ਸ਼ੇਅਰ ਕਰਦੇ, ਅਸਲੀ ਮੁੱਦੇ ਸ਼ੇਅਰ ਕਰੋ, ਅਸਲੀ ਮੁੱਦੇ ਸ਼ੇਅਰ ਕਰੋ। ਆ ਜਾਓ ਅਸਲੀ ਜਿਹੜਾ ਅੱਜ ਕਿਸਾਨ ਆ ਜਿਹੜੀ ਅੱਜ ਇੰਨੀ ਮੰਦੀ ਹਾਲਤ ਹੋਈ ਪਈ ਆ, ਮੈਂ ਵੀਰਾਂ ਨੂੰ ਇਹੋ ਬੇਨਤੀ ਕਰਦਾ ਅੱਜ ਟਿਕਟੋਕ ਵਾਲੀਆਂ ਵੀਡੀਓ ਸ਼ੇਅਰ ਕਰਨਾ ਚੰਗਾ ਵੀ ਆਪਾਂ ਆ ਵਧੀਆ ਵੀਡੀਓ ਜਿਹੜੀਆਂ ਸ਼ੇਅਰ ਕਰੀਏ, ਜੋ ਕਿਸਾਨਾਂ ਦਾ ਭਲਾ ਹੋਵੇ ਉਹ ਸ਼ੇਅਰ ਕਰੋ, ਹਾਂਜੀ ਜੋ ਕਿਸਾਨਾਂ ਨੂੰ ਇਨਸਾਫ ਮਿਲ ਸਕੇ ਉਹ ਸ਼ੇਅਰ ਕਰੋ। ਟਿਕਟੋਕ ਤੇ ਤਾਂ ਬਸ ਉਹਨਾਂ ਨੇ ਹਾਸਮ ਖੋਲ ਕਰ ਲਿਆ, ਬਸ ਠੀਕ ਆ, ਇੱਥੇ ਅਸਲੀ ਮੁੱਦੇ ਸ਼ੇਅਰ ਕਰਿਆ ਕਰੋ, ਅਸਲੀ ਮੁੱਦੇ ਸ਼ੇਅਰ ਕਰੋ। ਹਾਂਜੀ ਹਾਂਜੀ ਆ ਵੀਰਾਂ ਨੂੰ ਬੇਨਤੀ ਆ ਵੀ ਜਿਹੜਾ ਸਾਡਾ ਨਵਾਂ ਪੇਜ ਆ
ਗੁਰਸੇਵਕ ਸਿੰਘ ਗਿੱਲ ਦੇ ਨਾਂ ਦੇ ਜਿਹੜਾ ਅਸੀਂ ਹਲੇ ਕੱਲ ਪਰਸੋਂ ਹੀ ਉਹ ਪੇਜ ਲਾਂਚ ਕੀਤਾ ਵਾ। ਵੀਰਾਂ ਨੂੰ ਬੇਨਤੀ ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣ। ਅਗਲਾ ਲਾਈਵ ਸਾਡਾ ਗੁਰਸੇਵਕ ਸਿੰਘ ਗਿੱਲ ਜਿਹੜਾ ਸਾਡਾ ਫੇਸਬੁੱਕ ਪੇਜ ਆ ਉੱਤੇ ਅਗਲਾ ਲਾਈਵ ਕਰਾਂਗੇ। ਜਿਹੜੇ ਬੰਦੇ ਜਿਹੜੇ ਸਾਡੇ ਵੀਰ ਹੁਣ ਜੁੜੇ ਆ ਉਹਨਾਂ ਨੂੰ ਬੇਨਤੀ ਆ ਕਿ ਵੇਖ ਲੈਣ ਟਾਲੀਆਂ ਵਾ ਵਿੱਚ ਸੂਇਆਂ ਦੇ ਵਿੱਚ ਟਾਲੀਆਂ ਦੇਖੋ 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 ਕਿੰਨੀ ਕਿੰਨੀ ਮੰਦਲੀ ਹਾਲਤ। ਮੈਂ ਦਾਸ ਗੁਰਸੇਵਕ ਸਿੰਘ ਇਹੋ ਬੇਨਤੀ ਕਰਦਾ ਸਾਥੀਆਂ ਨੂੰ ਕਿ ਵੀਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ। ਤੁਹਾਨੂੰ ਮੈਂ ਤੁਹਾਨੂੰ ਸਾਥੀਓ ਇੱਕ ਹੋਰ ਮੈਂ ਵੀਡੀਓ ਦਿਖਾਉਣਾ ਚਾਹੁੰਦਾ। ਆਹ ਵੇਖੋ ਟਾਲੀਆਂ, ਆਹ ਵੇਖੋ ਕਿਤੇ ਸੂਇਆਂ 'ਚ ਵੀ ਟਾਲੀਆਂ ਹੋ ਗਈਆਂ ਵੇਖੀਆਂ ਸੀ। ਆਹ ਵੇਖ ਲਓ, ਆਹ ਵੇਖ ਲਓ, ਕੋਈ ਮੰਤਰੀ ਨਹੀਂ ਧਿਆਨ ਦਿੰਦਾ, ਕੋਈ ਆਲਾ ਅਫਸਰ ਨਹੀਂ। ਤੇ ਜਰਾ ਮੈਂ ਵੀਰ ਦਾ ਦੋ ਜਾਣਦਿਆਂ ਹੀ ਸੂਵੇ ਸੂਵੇ ਜੀ ਜੀ ਕੁੱਤੇ ਮਰੇ ਸੁੱਟੇ ਪੈਹੀ ਵਿੱਚ, ਕੁੱਤੇ ਮਰੇ ਮੱਝਾਂ ਸੁੱਟਦੇ ਸੁਣਿਆਂ ਵਿੱਚ। ਪਹਿਲਾਂ ਪਾਲ ਪੋਸ ਕੇ ਘਰਾਂ ਦੀ ਰਾਖੀ ਕਰਾ ਕੇ ਜਦੋਂ ਮਰ ਜਾਂਦੇ ਆ ਉਦੋਂ ਲੋਕ ਇੱਥੇ ਸੁੱਟ ਜਾਂਦੇ। ਹਾਂਜੀ ਹਾਂਜੀ, ਇਸ ਲਈ ਵੀਰਾਂ ਨੂੰ ਇਹੋ ਬੇਨਤੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣ ਤਾਂ ਜੋ ਵੀਡੀਓ ਵੱਧ ਤੋਂ ਵੱਧ ਲੋਕਾਂ ਤੀਕਰ ਪਹੁੰਚ ਸਕੇ। ਦਾਸ ਗੁਰਸੇਵਕ ਸਿੰਘ ਤੇ ਨਾਲ ਸਾਡੀ ਤਾਂ ਪੂਰੀ ਟੀਮ ਪਹੁੰਚੀ ਹੋਈ ਆ, ਜਿੰਨੇ ਵੀ ਅਸੀਂ ਸਾਥੀ ਹਾਂ ਸਾਰੇ ਪਹੁੰਚੇ ਹੋਏ ਹਾਂ। ਤੇ ਅੱਜ ਦਾ ਜਿਹੜਾ ਵੱਡਾ ਖੁਲਾਸਾ ਵਾ, 217-18 ਬੰਦੇ ਜੁੜ ਚੁੱਕੇ ਲਾਈਵ ਵੀਰ ਸਾਡੇ, ਉਹਨਾਂ ਵੀਰਾਂ ਨੂੰ ਬੇਨਤੀ ਹੈ ਜੇ ਲਾਈਵ ਖੁਲਾਸਾ। ਇੱਕ ਹੋਰ ਵੀਡੀਓ ਤੁਹਾਨੂੰ ਮੈਂ ਦਿਖਾ ਦਿੰਦਾ ਵਾਂ ਤੁਹਾਡੀ, ਜਰਾ ਕਰ ਦਵਾਂ। ਇਹ ਇੱਥੋਂ ਦਾ ਨਹੀਂ ਇਕੱਲੇ ਦਾ ਹਾਲ, ਆਹ ਦੇਖ ਲਓ ਵੀਰਾਂ ਨੂੰ ਸ਼ਾਇਦ ਕਲੀਅਰ ਨਾ ਦਿਖਦੀ ਹੋਵੇ, ਮੈਂ ਫਰੰਟ ਦੂਸਰਾ ਕੈਮਰਾ ਕਰਕੇ ਦਿਖਾਉਂਦਾ ਵਾਂ। ਇਹ ਇੱਧਰ ਦੇਖੋ, ਇਹ ਖੇਮ ਕਰਨ ਏਰੀਏ ਦੀ ਵੀਡੀਓ ਆ ਤੇ ਇੱਟੇ ਪਏ ਵਿੱਚ ਵੇਖ ਲਓ ਆਹ ਹਾਲ ਅੱਜ ਸਾਡੇ ਪੰਜਾਬ ਦਾ। ਆਹ ਵੇਖ ਲਓ ਗੋੜੇ ਗੋੜੇ ਇੱਟੇ ਤੇ ਵੇਖ ਲਓ ਆਹ ਹਾਲ ਬਣਿਆ ਪਿਆ ਵੀਰੋ ਸਾਡੇ ਪੰਜਾਬ ਦਾ। ਮੈਂ ਸਾਰੀਆਂ ਜਗ੍ਹਾ ਦੇਖੋ ਹਾਲ ਲਾਈਵ ਹੋ ਗਏ। ਅਗਲੀ ਵੀਡੀਓ ਜੀ ਇਹਨਾਂ ਦਾ ਵੱਡਾ ਖੁਲਾਸਾ ਕਰਾਂਗੇ। ਲਾਈਵ ਹੋ ਗਏ, ਇੱਧਰ ਦੇਖੋ ਸੂਆ ਭਰ, ਇੱਧਰ ਦੇਖੋ ਸੂਆ ਸੂਆ ਭਰਿਆ ਪਿਆ, ਸੂਆ ਸੂਆ ਜਿਹੜਾ ਸਾਰਾ ਵਾ ਉਹ ਗੰਦਗੀ ਨਾਲ ਭਰ ਚੁੱਕਿਆ ਵਾ। ਵੀਰਾਂ ਨੂੰ ਬੇਨਤੀ ਆ ਨਾਲ ਨਾਲ ਆਈ ਜਾਣ, ਬਸ ਲਾਈਵ ਹੋ ਜਾਣ, ਸ਼ੇਅਰ ਕਰ ਦਿਓ ਵੀਰੋ ਦੱਬ ਕੇ, ਵੀਡੀਓ ਨੂੰ ਸ਼ੇਅਰ ਕਰ ਦਿਓ, ਚੰਗੀ ਲੱਗੀ ਲਾਈਕ ਕਰ ਦਿਓ। ਸਾਡਾ ਇੱਕ ਫੇਸਬੁੱਕ ਦਾ ਪੇਜ ਹੈ, ਪੇਜ ਦਾ ਨਾਮ ਹੈ ਗੁਰਸੇਵਕ ਸਿੰਘ ਗਿੱਲ, GURSEWAKE ਗੁਰਸੇਵਕ ਸਿੰਘ ਗਿੱਲ, ਜਿਹੜਾ ਜੀ ਆ ਉਹ ਵੀ ਵੱਡਾ ਵਾਲਾ ਪੈਣਾ ਤੇ ਐਸ ਵੀ ਵੱਡਾ ਵਾਲਾ ਪੈਣਾ ਵਾ। ਗੁਰਸੇਵਕ ਸਿੰਘ ਗਿੱਲ ਤੇ ਦਾਸ ਦੀ ਉੱਪਰ ਫੋਟੋ ਲੱਗੀ ਹੋਈ ਆ, ਇੱਥੇ ਤੁਹਾਨੂੰ ਹੁਣ ਦਿਖਾ ਦਈਏ। ਹੁਣ ਇੱਥੇ ਹੋਊ ਅਸਲੀ ਵੱਡਾ ਖੁਲਾਸਾ। ਇੱਧਰ ਦੇਖੋ ਸਰਕੜਾ, ਆਹ ਵੇਖੋ ਟਾਲੀ, ਆਹ ਲੱਗੀ ਜੋ ਟਾਲੀ, ਉਹ ਲੱਗਾ ਫੇਰ ਸਰਕੜਾ ਦੇ ਵਿੱਚ ਅੱਕ ਗੋੜੇ ਗੋੜੇ। ਤੇ ਤੁਹਾਨੂੰ ਦਿਖਾਉਂਦੇ ਹਾਂ ਪੁਲ, ਪੁਲ ਦਾ ਖੁਲਾਸਾ ਵੀ ਤੁਹਾਨੂੰ ਲਾਈਵ ਕਰਾਉਂਦੇ ਹਾਂ ਵੀਰ। ਕਈ ਮੇਰੇ ਵਿਊ ਜਿਹੜਾ ਲਾਈਵ ਤੋਂ ਘੱਟਦੇ ਜਾ ਰਹੇ ਆ, ਵੀਰਾਂ ਨੂੰ ਬੇਨਤੀ ਲਾਈਵ ਵੀਡੀਓ ਨੂੰ ਛੱਡੋ ਨਾ, ਇਹਨੂੰ ਲਗਾਤਾਰ ਵੇਖਦੇ ਰਹੋ, ਜੇ ਸ਼ੇਅਰ ਹੁੰਦੀ ਤਾਂ ਦੱਬ ਕੇ ਸ਼ੇਅਰ ਕਰੋ, ਜੁੜੋ 36 ਮਿੰਟ ਹੋ ਗਏ, ਕੋਈ ਝੂਠ ਨਹੀਂ ਹੈ, ਸੱਚ ਹੈ। ਆ ਲੱਗੇ ਬੰਨੇ ਪੈਕਾਂ ਵੀ ਆ ਵੇਖੋ, ਤੇ ਇੱਥੇ ਜਿੰਨਾ ਕੀ ਹਾਲ ਹੁੰਦਾ ਹੋਊਗਾ, ਤੇ ਜਿੰਨਾ ਮੱਛਰ ਸੂੰਦਾ ਇੱਥੋਂ ਉਹ ਸਾਰਾ ਇਹਨਾਂ ਬਾਈਕਾਂ ਤੇ ਜਾਂਦਾ ਵੇਖ ਲਓ। ਇੱਕ ਤਾਂ ਬਹਿ ਕੇ ਇੱਧਰ ਬਾਹਲੀ ਨਜ਼ਦੀਕ ਆ, ਆਹ ਵੇਖੋ। ਇੱਕ ਮੈਂ ਹੋਰ ਦੱਸਣਾ ਚਾਹੁੰਦਾ, ਆਹ ਜਿਹੜੀ ਸਾਹਮਣੇ ਸਾਡੇ ਬੈਗ ਆ ਨਾ, ਇਹ ਤਾਂ ਨਾ ਤਾਂ ਬੱਤੀ ਦਾ ਪ੍ਰਬੰਧ ਆ ਲਾਈਟ ਦਾ, ਕੋਈ ਬੱਤੀ ਨਹੀਂ, ਮੋਟਰ ਵਾਲੀ ਬੱਤੀ ਵੀ ਕਦੀ ਕਦੀ। ਹਾਂਜੀ ਹਾਂਜੀ, ਇਸ ਲਈ ਅੱਜ ਸੋਚਣ ਵਿਚਾਰਨ ਦਾ ਜਿਹੜਾ ਵਿਸ਼ਾ ਵਾ, ਲਾਈਵ ਹੋਏ ਆ ਅੱਜ ਤੁਹਾਡੇ ਨਾਲ, ਸਪੈਸ਼ਲ ਇਹਨਾਂ ਮੁੱਦਿਆਂ ਤੇ ਹੀ ਗੱਲਬਾਤ ਕਰਾਂਗੇ, ਜਿਹੜਾ ਅੱਜ ਆਪਾਂ ਵੇਖ ਸਕਦੇ ਇੱਥੇ ਕੀ ਹਾਲਤ ਬਣੀ ਹੋਈ ਆ। ਆਹ ਵੀਰ ਜਿਹੜੇ ਸਾਡੇ ਲਾਗੋਂ ਦੀ ਲੰਘ ਰਹੇ ਉਹਨਾਂ ਨਾਲ ਗੱਲ, ਅੱਜ ਜਿੰਨੇ ਇੱਥੋਂ ਦੇ ਲਾਗੇ ਬੰਨੇ ਦੇ ਸਾਡੇ ਵੀਰ ਆ ਭਰਾ ਵਾ, ਉਹਨਾਂ ਨਾਲ ਗੱਲਬਾਤ। ਆਹ ਗੋੜੇ ਗੋੜੇ ਅੱਕ ਅੱਕ ਗੋੜੇ ਗੋੜੇ, ਤੇ ਆਹ ਨਰਕ ਦਿਖਾ ਦਈਏ ਵੇਖ ਲਓ। ਪੰਜਾਬ ਸਰਕਾਰ ਕਹਿੰਦੀ ਸਵਰਗ ਬਣਾਦਾ, ਇੱਥੇ ਗੋੜੇ ਗੋੜੇ ਜੀ, ਇਹਨਾਂ ਨੇ ਪਾਣੀ ਨਹੀਂ ਛੱਡਦਾ, ਲੋਕੀ ਸੂਇਆਂ ਦੀ ਮਿੱਟੀ ਵੀ ਲਈ ਜਾਂਦੇ। ਹਾਂਜੀ ਹਾਂਜੀ, ਵੇਖੋ ਸੂਇਆਂ ਦੀ ਮਿੱਟੀ ਵੀ ਜਨਤਾ ਲਈ ਜਾਂਦੀ ਆ, ਇੰਨਾ ਮੰਦਾ ਹਾਲ ਆ। ਮੇਰੇ ਵੀਰਾਂ ਨੂੰ ਬੇਨਤੀ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਦੇ ਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੀਕਰ ਵੀਡੀਓ ਪਹੁੰਚ ਸਕੇ। ਲੋਕਾਂ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ, ਜਿਹੜਾ ਵੀਰਾਂ ਤੀਕਰ ਵੀਡੀਓ ਪਹੁੰਚ ਜਾਵੇ। ਅੱਜ ਆਹ ਧੋਈ ਪਈ ਵੇਖ ਲਓ ਸੂਇਆਂ ਦੀ, ਕਿਉਂਕਿ ਸਮਾਂ ਢਾਡਾ ਵੀ ਬੜਾ, ਕਿਉਂਕਿ ਸਮਾਂ ਢਾਡਾ ਵੀ ਬੜਾ
ਅਣਮੁੱਲਾ ਵਾ ਤੇ ਸਮਾਂ ਜਿਹੜਾ ਵਾ ਵਾਰ ਇੱਕ ਦਾ ਅਣਮੁੱਲਾ ਇੱਧਰ ਅਣਮੁੱਲਾ ਵਾ ਤੇ ਸਮੇਂ ਦਾ ਸਮਾਂ ਕੱਢ ਕੇ ਜਿੱਥੇ ਅਸੀਂ ਕੱਲਾ ਨਿਊਜ਼ ਤੇ ਇਹ ਨੀ ਕਹਿੰਦੇ ਵੀ ਅਸੀਂ ਐਂ ਕਰ ਦਾਂਗੇ ਯੋਂ ਕਰ ਦਾਂਗੇ ਅਸੀਂ ਅੱਜ ਲਾਈਵ ਲਾਈਵ ਹੋ ਗਏ ਇਹ ਲੋਕਾਂ ਨੇ ਵਿੱਚ ਗੰਨੇ ਸੁੱਟੇ ਪਏ ਆ ਇੱਧਰ ਦੇਖੋ ਗੋੜੇ ਗੋੜੇ ਗੰਨੇ ਸੁੱਟੇ ਤੇ ਆ ਕੀ ਆ ਕੀ ਹਾਲ ਤਾਂ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਵਿਕਰੀ ਨਹੀਂ ਦਿਖ ਸਨ ਜਿਹੜੇ ਆ ਗੰਨੇ ਇੱਧਰ ਵੇਖੋ ਵੇਖੋ ਜੀ ਵੇਖੋ ਲੋਕੀ ਰਾਉਂਡ ਅਪ ਮਾਰ ਕੇ ਘਾਹ ਹਾਂਜੀ ਹਾਂਜੀ ਘਾਹ ਕੱਢ ਕੇ ਇੱਥੇ ਸਰਕਾਰ ਨੇ ਇੱਕ ਹੋਰ ਨਵਾਂ ਡੰਡਾ ਜਿਹੜਾ ਕਿਸਾਨਾਂ ਦੇ ਚਲਾਇਆ ਵਾ ਉਹ ਡੰਡਾ ਵੀਰੋ ਇਹ ਆ ਕਿ ਅੱਜ ਮੰਡੀਕਰਨ ਨੂੰ ਤਬਾਹ ਕੀਤਾ ਜਾ ਰਿਹਾ ਵਾ ਅੱਜ ਮੰਡੀਕਰਨ ਜਿਹੜਾ ਉਹਨੂੰ ਤੋੜਿਆ ਜਾ ਰਿਹਾ ਵਾ ਅੱਜ ਕਿਸਾਨ ਨੂੰ ਜਿਹੜਾ ਫਸਲ ਦਾ ਉਹਦਾ ਰੇਟ ਮਿਲਣਾ ਚਾਹੀਦਾ ਸੀ ਅੱਜ ਜੇ ਦਾਲਾਂ ਦੀ ਗੱਲ ਕਰ ਲਈਏ ਦਾਲਾਂ ਦਾ ਰੇਟ ਜਿਹੜਾ ਵਾ ਉਹ ਵਪਾਰੀ ਤੈਅ ਕਰੂਗਾ ਇਹਦੇ ਨਾਲ ਹਜ਼ਾਰਾਂ ਜੀ ਇੱਥੇ ਅੰਬਾਂ ਦੇ ਇੰਨੇ ਬੂਟੇ ਹੁੰਦੇ ਸਨ ਪਰ ਅੱਜ ਇੱਥੇ ਨਾ ਕੋਈ ਅੰਬਾਂ ਦਾ ਬੂਟਾ ਦਿਖਾਈ ਦੇ ਰਿਹਾ ਨਾ ਹੋਰ ਇੱਕ ਵੀਰੋ ਰਿਕੁਐਸਟ ਆ ਕੋਈ ਵੀ ਮੇਰਾ ਵੀਰ ਲਾਈਵ ਨੂੰ ਛੱਡ ਕੇ ਨਾ ਜਾਵੇ ਲਾਈਵ ਨੂੰ ਕੋਈ ਮੇਰਾ ਵੀਰ ਨਾ ਛੱਡ ਕੇ ਜਾਵੇ ਵੱਧ ਤੋਂ ਵੱਧ ਜੋੜੋ ਵੀਰਾਂ ਨੂੰ ਕੁਐਸਚਨ ਪੁੱਟ ਕਰਨਾ ਹੋਵੇ ਤਾਂ ਲਾਈਵ ਤੋਂ ਬਾਅਦ ਜਿਹੜਾ ਸਾਡਾ ਮੋਬਾਈਲ ਨੰਬਰ ਨੋਟ ਕਰ ਲੋ 8986845493 ਸਾਥੀਓ ਜਿਹੜਾ ਸਾਡਾ ਨਵਾਂ ਫੇਸਬੁੱਕ ਪੇਜ ਆ ਉਹ ਤੁਹਾਨੂੰ ਅਸੀਂ ਦੱਸ ਦਈਏ ਗੁਰਸੇਵਕ ਸਿੰਘ ਗਿੱਲ ਦੇ ਨਾਂ ਤੇ ਨਵਾਂ ਫੇਸਬੁੱਕ ਪੇਜ ਆ ਸਾਡਾ ਉੱਥੇ ਸਾਡੀ ਹਰ ਵੀਡੀਓ ਆਉਂਦੀ ਆ ਲਾਈਵ ਹੋਵਾਂਗੇ ਅਗਲੀ ਵਾਰੀ ਵੀ ਬਸ ਆਪਾਂ 10 ਮਿੰਟ ਗਿਣਤੀ ਦੇ 10 ਮਿੰਟ ਆਪਾਂ ਹੋਰ ਲਾਈਵ ਹੋਵਾਂਗੇ ਮੇਰਾ ਵੀਰ ਜੇ ਕੋਈ ਵੀਰ ਜਿਹਨੂੰ ਨਹੀਂ ਵੀ ਨਾ ਵਧੀਆ ਲੱਗਦੀ ਉਹ ਵੀ ਸੁਣ ਲਵੇ ਮੇਰਾ ਵੀਰ ਵੀਡੀਓ ਦੇ ਦੱਬ ਕੇ ਸ਼ੇਅਰ ਕਰ ਦੋ ਲਾਈਵ ਨੂੰ ਛੱਡ ਕੇ ਨਾ ਕੋਈ ਮੇਰਾ ਵੀਰ ਜਾਵੇ ਲਾਈਵ ਨੂੰ ਛੱਡ ਕੇ ਨਾ ਜਾਵੇ ਸ਼ੇਅਰ ਕਰੇ ਜ਼ਰੂਰ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਇੱਕ ਨਹੀਂ ਕਰ ਦਿਓ ਲਾਈਕ ਵਿਦਿਆਰਥੀ ਸਾਥੀਆਂ ਜੀ ਤੁਹਾਡੇ ਕੋਲ ਅਪੀਲ ਕਰਦੇ ਆ ਤੁਹਾਡੇ ਕੋਲ ਇਹੋ ਰਿਕੁਐਸਟ ਕਰਦੇ ਆ ਕੋਈ ਵੱਡਾ ਤੁਹਾਡੇ ਤੋਂ ਅਸੀਂ ਇਹ ਨੀ ਕਹਿ ਰਹੇ ਵੀ ਤੁਸੀਂ ਕੋਈ ਸਾਨੂੰ ਦੇ ਦੋ ਅਸੀਂ ਇਹੋ ਕਹਿੰਦੇ ਆ ਵੀ ਵੀਰੋ ਵੀਡੀਓ ਨੂੰ ਬਸ ਵੇਖ ਲਓ ਬਸ ਇੰਨੀ ਰਿਕੁਐਸਟ ਆ ਵੀਡੀਓ ਦੇਖ ਲਓ ਤੁਸੀਂ ਦੇਖ ਹੀ ਲਿਆ ਹੋਊਗਾ 5 ਮਿੰਟ ਹੋਰ ਕੁਝ ਗਿਣਤੀ ਦੇ ਕੁਝ ਲਫ਼ਜ਼ ਦੱਸਣੇ ਨੇ ਤੁਹਾਨੂੰ ਵੱਡੀਆਂ ਹੋਈਆਂ ਕਾਗਜ਼ਾਂ ਦੇ ਵਿੱਚ ਪਤਾ ਹੀ ਨੀ ਕਿੰਨੀ ਕਰੀ ਹੋਗੀ ਪਤਾ ਹੀ ਨੀ ਕਿੰਨੀ ਕਰੀ ਹੋਗੀ ਆ ਤੇ ਪਰ ਗੱਲ ਕੀ ਆ ਵੀ ਪੈਸਾ ਇਹਦਾ ਜਿਹੜਾ ਵਾ ਸਰਕਾਰ ਖਾ ਜਾਂਦੀ ਆ ਸਿੱਧੀ ਮੁੱਕ ਦੀ ਗੱਲ ਕਹਿ ਦਈਏ ਤੁਹਾਨੂੰ ਹਾਂ 200 ਬੰਦਾ ਜੁੜ ਗਿਆ 200 ਵੀਰ ਨੂੰ ਬੇਨਤੀ ਆ ਵੀਰੋ ਵੀਡੀਓ ਨੂੰ ਵੇਖ ਲਓ ਐਵੇਂ ਗਾਣੇ ਕੱਢੀ ਜਾਓ ਤੇ ਬੜੇ ਅਨਮੋਲ ਬਚਨ ਕਹਿ ਰਹੇ ਆ ਜਿਹੜਾ ਸਾਡਾ ਨਵਾਂ ਫੇਸਬੁੱਕ ਪੇਜ ਆ ਉਹ ਤੇ ਵੱਧ ਚੜ ਕੇ ਜੁੜੋ ਜਿਹੜਾ ਇੱਥੇ ਕਿਸਾਨ ਭਰਾ ਜਿਹੜੇ ਅੱਜ ਮਰਦੇ ਜਾ ਰਹੇ ਆ ਇਹ ਦਿਖਾਉਣਾ ਚਾਹੁੰਦੇ ਅਸੀਂ ਸਰਕਾਰ ਨੂੰ ਇਹ ਵੀਰੋ ਲਾਈਵ ਇੰਨਾ ਦੱਬ ਕੇ ਸ਼ੇਅਰ ਕਰ ਦੋ ਅੱਜ ਸਪੈਸ਼ਲ ਲਾਈਵ ਹੋਏ ਆ ਕਿਉਂਕਿ
ਸਮੇਂ ਚੋਂ ਸਮਾਂ ਕੱਢ ਕੇ ਅੱਜ ਲਾਈ ਹੋਏ ਆ ਡਰ ਕਿਸਾਨਾਂ ਦੇ ਸਿਰ ਕਰਜ਼ਾ ਨਾ ਚੜੇ ਤੇ ਹੋਰ ਕੀ ਹੋਵੇ ਜੀ 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 ਪਾਣੀ ਦੀ ਵਿੱਚ ਗੋਡਰੀ ਆ ਦੀ ਲੋਕ ਇੰਨੀ ਇੰਨੀ ਲਵਾਈ ਦੇ ਕੇ ਲੋਕੀ ਝੋਨਾ ਲਾਉਂਦੇ ਜੀ 215 ਵੀਰ ਮੇਰੇ ਜੁੜ ਚੁੱਕੇ ਆ 21 ਤੇ ਇਹਨਾਂ ਵੀਰਾਂ ਨੂੰ ਬੇਨਤੀ ਵੀਰੋ ਵੀਡੀਓ ਨੂੰ ਗਾਣਾ ਕਰਿਓ ਲਾਈਵ ਪੂਰਾ ਦੇਖ ਲਿਓ ਬਸ ਦੋ ਮਿੰਟ ਚਾਰ ਹੋਰ ਤੁਹਾਡੇ ਨਾਲ ਲਾਈਵ ਹੋਵਾਂਗੇ ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਂਦੇ ਕਿਉਂਕਿ ਸਾਨੂੰ ਪਤਾ ਹੈ ਕਿ ਆਪ ਜੀ ਦਾ ਵੀ ਸਮਾਂ ਬੜਾ ਅਣਮੁੱਲਾ ਹੈ ਵੇਖ ਲਓ ਇੱਥੇ ਹੁੰਦੇ ਸੀ ਪਹਿਲਾਂ ਤਾਂ ਜਿਹੜਾ ਇੱਥੇ ਬਾਗਾਂ ਦੇ ਬਾਗ ਹੁੰਦੇ ਸੀ ਪਰ ਇੱਥੇ ਹੁਣ ਕੀ ਆ ਹੁਣ ਤਾਂ ਇੱਥੇ ਸਿਰਫ ਲਾਈਵ ਹੋਏ ਹਾਂ ਬਾਈ ਜੀ ਇੱਥੇ ਅਸੀਂ ਅਤੇ ਆ ਦੇਖ ਲਓ ਵੀ ਪਾਣੀ ਇੱਥੇ ਹੈਗਾ ਨਹੀਂ ਹੈ ਇੰਨੀ ਮੰਦਲੀ ਹਾਲਤ ਹੈ ਇੱਥੋਂ ਦੀ ਤਾਂ ਆਪ ਜੀ ਦੇਖ ਸਕਦੇ ਹੋ ਕਿ ਕਰਮਚਾਰੀਆਂ ਦੀ ਇੰਨੀ ਅਣਗਹਿਲੀ ਹੈ ਇਕੱਲਾ ਇੱਥੋਂ ਦੀ ਨਹੀਂ ਤੁਹਾਨੂੰ ਮੈਂ ਜਿਹੜੇ ਵੀਰ ਹੋਰ ਨਵੇਂ ਆਏ ਉਹਨਾਂ ਨੂੰ ਇੱਕ ਖੁਲਾਸਾ ਹੋਰ ਮੈਂ ਦਿਖਾ ਦੇਵਾਂ ਤੁਹਾਨੂੰ ਮੈਂ ਇੱਕ ਹੋਰ ਵੀਡੀਓ ਇਸੇ ਨਾਲ ਜੀ ਅੱਜ ਬਾਹਰਲੇ ਦੇਸ਼ਾਂ ਨੂੰ ਕਿਉਂ ਇੰਨਾ ਲੋਕ ਭੱਜਦੇ ਆ ਉੱਥੇ ਪਾਉ ਆਹ ਚੀਜ਼ਾਂ ਨਹੀਂ ਹੈਗੀਆਂ ਉੱਥੇ ਸਫਾਈਆਂ ਹੁੰਦੀਆਂ ਉੱਥੇ ਨੌਕਰੀ ਮਿਲਦੀ ਇੱਥੇ ਖੇਮ ਕਰਨ ਏਰੀਏ ਦੀ ਵੀਡੀਓ ਜੋ ਜਿਹੜੀ ਦਿਖਾਉਂਦੇ ਆ ਆਹ ਜਿਹੜਾ ਅੱਜ ਲਾਈਵ ਹੋਏ ਆ ਇਹਦਾ ਕੋਈ ਰੀਜ਼ਨ ਆ ਸਾਡਾ ਅਸੀਂ ਐਵੇਂ ਨੀ ਲਾਈਵ ਹੋ ਗਏ ਵੀਰਾਂ ਨੂੰ ਬੇਨਤੀ ਆ ਆਹ ਦੇਖ ਲੋ ਅਗਲੀ ਵੀਡੀਓ ਦੇ ਵਿੱਚ ਅਸੀਂ ਹੌਲੀ ਹੌਲੀ ਸਾਰੇ ਸਰਵੇ ਤੁਹਾਨੂੰ ਕਰ ਦੇਵਾਂਗੇ ਜਿਵੇਂ ਡੀਸੀ ਦਫ਼ਤਰ ਵਾਲੀ ਵੀਡੀਓ ਤੁਸੀਂ ਸ਼ੇਅਰ ਕੀਤੀਆਂ ਨਾ ਵੀਰਾਂ ਨੇ ਸਪੋਰਟ ਦਿੱਤੀ ਆ ਉਸੇ ਤਰੀਕੇ ਨਾਲ ਇਹ ਦੇ ਦਿਓ ਕਿਉਂਕਿ ਜਿਹੜਾ ਪਹਿਲਵਾਨ ਹੁੰਦਾ ਨਾ ਉਹਨੂੰ ਕਹਿੰਦੇ ਮੈਦਾਨ 'ਚ ਲੜਨ ਦੀ ਹੱਲਾ ਸ਼ੇਰੀ ਦੀ ਲੋੜ ਆ ਉਹ ਹੱਲਾ ਸ਼ੇਰੀ ਹੱਲਾ ਸ਼ੇਰੀ ਡਰ ਤੋਂ ਮਿਲਣੀ ਆ ਇਸ ਲਈ ਵੀਰਾਂ ਨੂੰ ਬੇਨਤੀ ਆ ਸੂਏ 'ਚ ਪਾਣੀ ਨਹੀਂ ਆ ਰਿਹਾ ਵੀਰੋ ਇੰਨੀ ਮੰਦੀ ਹਾਲ ਹੋਈ ਫਿਰਦੀ ਆ ਆ ਵੇਖ ਲਓ ਤੇ ਉਹ ਗਾਂ ਦੀ ਕਰ ਜਾਂਦਾ ਜੋ ਸੂਆ ਅੱਗੇ ਮਾਹੌਲ ਚਾਲ ਸਮੇਂ ਬਣਿਆ ਪਿਆ ਵਾ ਆਹ ਵੇਖੋ ਗੋੜੇ ਗੋੜੇ ਸੁੱਖਾ ਤੇ ਆ ਵੇਖੋ ਬੇਰੀਆਂ ਉੱਗੀਆਂ ਟਾਲੀਆਂ ਤੇ ਕਿਸਾਨ ਭਰਾ ਮੋਟਰਸਾਈਕਲ ਤੇ ਜਾ ਰਹੇ ਸਨ ਇਹਨਾਂ ਨੂੰ ਆਪਾਂ ਪੁੱਛ ਲੈਂਦੇ ਆ ਭਾਜੀ ਜੋ ਸੂਆ ਪੱਕਾ ਹੋਇਆ ਪਾਣੀ ਤਾਂ ਨਹੀਂ ਆਇਆ ਮੈਨੂੰ ਲੱਗਦਾ ਪਾਣੀ ਬਹੁਤ ਘੱਟ ਆਉਂਦਾ ਜੇ ਕਦੇ ਆਉਂਦਾ ਤਾਂ ਟੁੱਟ ਜਾਂਦਾ ਵਾ 6 ਸਾਲ ਹੋ ਗਏ ਪਾਣੀ ਆਇਆ ਹੀ ਨਹੀਂਗਾ 6 ਸਾਲ ਹੋ ਗਏ ਇੱਥੇ ਪਾਣੀ ਆਇਆ ਹੀ ਨਹੀਂ ਲੰਮਾ ਸਮਾਂ ਹੋ ਗਿਆ ਵਾ ਮੀਨਿੰਗ ਪਾਣੀ ਨਹੀਂ ਆਇਆ ਤੇ ਇਸ ਤੋਂ ਆਪਾਂ ਨੂੰ ਪਤਾ ਲੱਗ ਸਕਦਾ ਮੀਨਿੰਗ 6 ਸਾਲ ਤਾਂ ਪਿੱਛੇ ਹੋ ਗਏ ਨਾ ਤੇ ਮੀਨਿੰਗ ਵੀ 6 ਸਾਲ ਤਾਂ ਪਿੱਛੇ ਹੋ ਗਏ ਵੀ ਉੱਥੇ ਨਹੀਂ ਪਾਣੀ ਆਇਆ ਪਰ ਇੱਥੇ ਕਹਿੰਦੇ ਆ ਵੀ 15 ਸਾਲ ਹੋ ਗਏ ਅੱਛਾ ਜੀ 15-20 ਸਾਲ ਹੋ ਗਏ ਇੱਥੇ ਪਾਣੀ ਨਹੀਂ ਆਇਆ ਪਿੱਛੇ 6 ਸਾਲ ਪਿੱਛੇ ਹੀ ਟੁੱਟ ਟੁੱਟ ਜਾਂਦਾ ਹੁਣ ਉੱਥੇ ਵੀ ਆਉਂਦਾ ਪਾਣੀ ਲੰਘਣ ਵਾਲਾ ਹੈ ਨਹੀਂ ਕਿਸਾਨ ਸਾਥੀ ਨੇ ਦੱਸਿਆ ਬਹੁਤ ਸ਼ੁਕਰੀਆ ਆਪ ਜੀ ਦਾ ਸੱਚ ਬੋਲਣਾ ਕਿਉਂਕਿ ਲਾਈਵ ਤੇ ਬੜਾ ਔਖਾ ਵਾ ਇਹਨਾਂ ਨੇ ਸੂਆ ਦੇ ਕਈ ਐਸੇ ਮਰਦ ਪੰਜਾਬੀਆਂ ਨੂੰ ਸਾਡਾ ਸਲਿਊਟ ਆ ਯਾਰ ਜਿਹੜੇ ਸਾਨੂੰ ਸੱਚ ਦੱਸਦੇ ਆ ਜਿਹੜੇ ਸਾਨੂੰ ਦੱਸਦੇ ਆ ਵੀ ਅੱਜ ਕੀ ਇੱਥੇ ਵਾਪਰ ਰਿਹਾ ਵਾ ਆਹ ਦੇਖੋ ਦਿਖਾਇਆ ਫਿਰ ਜੀ ਇਹ ਅਗਲੇ ਬੰਨੇ ਵੀ ਤੁਹਾਨੂੰ ਅਸੀਂ ਲਾਈ ਵਾ ਤੇ ਅਗਲੇ ਬੰਨੇ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਆਹ ਸੜਕ ਹੈ ਹਾਲੇ ਮੇਨ ਸੜਕ ਹੈ ਦੇਖ ਸਕਦੇ ਜੋ ਇੱਕ ਤਾਂ ਹੁੰਦਾ ਨਾ ਵੀ ਓਲੇ ਹੁਣ ਦੇ ਕਰਮਚਾਰੀਆਂ ਨੂੰ ਪਤਾ ਨਹੀਂ ਇੱਥੇ MLA ਸਾਹਿਬ ਪਤਾ ਹੀ ਨਹੀਂ ਕਿੰਨੀ ਵਾਰੀ ਨੰਗੇ ਹੋਣੇ ਪਤਾ ਹੀ ਨਹੀਂ ਤੇ ਵੀਰਾਂ ਨੂੰ ਬੇਨਤੀ ਆ ਸ਼ੇਅਰ ਕਰ ਦੋ ਇੱਥੇ ਸ਼ੇਅਰ ਦੇ ਦੋ ਸਮਾਜ ਸੇਵਕ ਵੀਰ ਜੀ ਸਲਿਊਟ ਆ ਤੁਹਾਨੂੰ ਜਿਹੜੇ ਵੀਰ ਜੀ ਵੇਖੋ ਕਿੰਨੀ ਮੰਦਲੀ ਹਾਲ ਹੈ ਇੱਕ ਬੰਨੇ ਸਰਕਾਰ ਕਹਿ ਰਹੀ ਆ ਜੀ ਅਸੀਂ ਬੜੇ ਤਗੜੇ ਚਲਾ ਦੇ ਪ੍ਰੋਜੈਕਟ ਪਰ ਪ੍ਰੋਜੈਕਟ ਕੋਈ ਨਹੀਂ ਚੱਲਿਆ ਹਾਲਾਤ ਬੇਦਰਦੋਂ ਬੇਦਰਦ ਨੇ ਜਿਹੜਾ ਸਾਡਾ ਇੱਕ ਛੋਟੀ ਜਿਹੀ ਅਪੀਲ ਹੈ ਸਾਥੀਆਂ ਨੂੰ ਵੀ ਜਿਹੜਾ ਸਾਡਾ ਨਵਾਂ ਫੇਸਬੁੱਕ ਪੇਜ ਹੈ ਨਾਮ ਹੈ ਗੁਰਸੇਵਕ ਸਿੰਘ ਗਿੱਲ ਦੇ ਨਾਂ 'ਤੇ ਨਵਾਂ ਸਾਡਾ ਫੇਸਬੁੱਕ ਪੇਜ ਹੈ ਉਹਨੂੰ ਵੱਧ ਚੜ੍ਹ ਕੇ ਲਾਈਕ ਕਰੋ ਫੋਲੋ ਕਰੋ ਤਾਂ ਜੋ ਅਗਲੀ ਲਾਈਵ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਗੁਰਸੇਵਕ ਸਿੰਘ ਗਿੱਲ ਦੇ
ਪੇਜ ਤੋਂ ਤੁਹਾਡੇ ਨਾਲ ਲਾਈਵ ਹੋਵਾਂਗੇ ਉੱਥੋਂ ਦਾ ਹਰ ਹਰ ਵੀਡੀਓ ਉੱਥੋਂ ਲਾਈਵ ਕਰਿਆ ਕਰਾਂਗੇ ਇਸ ਲਈ ਇੰਨੇ ਕੋ ਮੰਦੇ ਹਾਲ ਨੇ ਕਿ ਦੱਸਣ ਯੋਗ ਨਹੀਂ ਹੈ ਇੱਧਰ ਦੇਖ ਲਓ ਆਹ ਜੋ ਵੱਡਾ ਖੁਲਾਸਾ ਇੱਥੋਂ ਪਤਾ ਲੱਗਦਾ 15-20 ਸਾਲ ਹੋਏ ਕਿ ਨਹੀਂ ਹੋਏ ਪਾਣੀ ਆਏ ਨੂੰ ਜੇ ਪਾਣੀ ਆਇਆ ਹੁੰਦਾ ਤਾਂ ਆਹ ਟਾਹਲੀ ਕਿੱਥੋਂ ਉੱਗਣੀ ਹੈ ਐਡੀ ਵੱਡੀ ਟਾਹਲੀ ਦਾ ਮੁੱਢ ਵੇਖੋ ਉਹਦਾ ਥੜੇ ਬਣੇ ਮਨਾ ਐਡੀ ਵੱਡੀ ਟਾਹਲੀ ਐਵੇਂ ਨਹੀਂ ਹੁੰਦੀ ਕਿਉਂਕਿ 15-20 ਸਾਲ ਹੋ ਗਏ ਆ ਅਗਲੇ ਬੰਨੇ ਤੁਹਾਨੂੰ ਵੱਡੇ ਟਾਹਲੇ ਦਿਖਾਉਣਾ ਟਾਹਲੀਆਂ ਵੀ ਕਹਿੰਦੀਆਂ ਟਾਹਲਾ ਹੀ ਹੈ ਨਿਰੇ ਮੰਜ਼ਿਲ ਚ ਤੁਰ ਪਏ ਫਿਰ ਹੌਲੀ ਹੌਲੀ ਆਪੇ ਰਾਹ ਮਿਲ ਜਾਂਦੇ ਆ ਤੇ ਆ ਜ ਅਸੀਂ ਮੰਜ਼ਿਲ ਚ ਤੁਰੇ ਆ ਤੇ ਸਾਨੂੰ ਹੋ ਰਿਹਾ ਸੀ ਵੀ ਯਾਰ 15-20 ਸਾਲ ਤੋਂ ਜਿਹੜਾ ਪਾਣੀ ਆ ਨਹੀਂ ਆਇਆ ਅਸੀਂ ਉਸ ਗੱਲ ਤੇ ਯਕੀਨ ਕੀਤਾ ਪਰ ਇੱਥੇ ਆਪਾਂ ਦੇਖ ਸਕਦੇ ਇਹ ਗੱਲ ਸੱਚੀ ਨਿਕਲੀ ਜੋ ਵੀਰੋ ਇਹ ਗੱਲ ਸੱਚੀ ਨਿਕਲੀ ਆ ਕਿਉਂਕਿ ਇਹ 15-20 ਸਾਲ ਵਾਲੀਆਂ ਟਾਹਲੀਆਂ ਤੁਹਾਨੂੰ ਦਿਖਾ ਰਹੇ ਹਾਂ 15-20 ਸਾਲ ਹੀ ਹੋ ਸਕਦਾ ਇਹਨਾਂ ਹਰਮਨਦੀਪ ਸਿੰਘ ਕਾਫੀ ਤਿੱਖੇ ਬਾਹਰ ਕਰ ਰਹੇ ਨੇ ਤੇ ਜਿਹੜਾ ਅਗਲਾ ਸਾਡਾ ਜਿਹੜਾ ਫੇਸਬੁੱਕ ਦਾ ਸਾਡਾ ਜਿਹੜਾ ਪੇਜ ਆ ਵੀਰਾਂ ਨੂੰ ਬੇਨਤੀ ਲਾਈਵ ਹਟਣ ਨਾ ਲਾਈਵ ਤੋਂ ਪਾਸੇ ਨਾ ਜਾਣ ਅਣਮੋਲ ਵਜੇ ਨਾ ਲਾਈਵ ਸੁਣਨ ਲਾਈਵ ਸੁਣਨ ਲਾਈਵ ਨੂੰ ਛੱਡ ਕੇ ਨਾ ਜਾਣ ਇਹ ਆਹ ਕਰਤਾ ਜੋ ਖੁਲਾਸਾ ਦਾਸ ਗੁਰਸੇਵਕ ਸਿੰਘ ਅੱਜ ਲਾਈਵ ਹੋ ਗਏ ਆ ਅੱਜ ਇੰਨੀ ਨੌਬਤ ਆ ਗਈ ਵੀ ਸਰਕਾਰ ਕਹਿੰਦੀ ਆ ਵੀ ਅਸੀਂ ਬਹੁਤ ਕੁਝ ਕਰਤਾ ਮੀਡੀਆ ਵਾਲੇ ਵੀਰ ਸਾਡੇ ਤੋਂ ਸਵਾਲ ਕਰਦੇ ਸਨ ਇੱਧਰ ਵੇਖੋ ਦਰਾਰਾਂ ਆਈਆਂ ਅਸੀਂ ਤਾਂ ਵਿੱਚ ਵੜਦੇ ਸੋਚਿਆ ਗਿਆ ਮੇਰੇ ਵੀਰ ਸ਼ੇਰ ਦੱਬ ਕੇ ਕਰ ਦੋ ਖੁੱਡਾਂ ਇੱਧਰ ਵੇਖੋ ਧਿਆਨ ਨਾ ਮੇਰੇ ਵੀਰ ਸੱਪ ਸਲੂਪੀ ਹੋਇਆ ਤੇ ਐਵੇਂ ਤੁਹਾਨੂੰ ਡੰਗ ਮਾਰੂਗਾ ਇਸ ਲਈ ਆਹ ਵੇਖੋ ਖੁੱਡਾਂ ਇਹ ਆਹ ਵੇਖੋ ਟੱਕੀਆਂ ਪਈਆਂ ਖੁੱਡਾਂ ਸਾਰੀਆਂ ਵੇਖੋ ਸਾਹਮਣੇ ਮੁੱਢ ਵੇਖੋ ਕੱਡਾ ਤਗੜਾ ਤੇ ਆਹ ਟਾਲੀਆਂ ਦੇ ਆਪਾਂ ਜ਼ਿਆਦਾ ਇਹਦੇ ਵਿੱਚ ਨਾ ਜਾਈਏ ਕਿਉਂਕਿ ਜੰਗਲ ਜਿਹਾ ਵਾ ਸੱਪ ਸਲੂਪੀ ਦਾ ਪਤਾ ਨਹੀਂ ਇੱਥੇ ਸੱਪ ਸੁਣਦੇ ਆ ਗੋੜੇ ਗੋੜੇ ਹੁਣ ਆਪਾਂ ਇੱਥੋਂ ਜਿਹੜਾ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨੇ ਵੀਰ ਆ ਲਾਈਵ ਛੱਡ ਕੇ ਨਾ ਜਾਣ ਦੋ ਮਿੰਟ ਬਸ ਦੋ ਮਿੰਟ ਹੋਰ ਲਵਾਂਗੇ ਦੋ ਮਿੰਟ ਇੱਕ ਛੋਟੀ ਜਿਹੀ ਪੀਰ ਹੈ ਇਹ ਸਾਥੀਓ ਸਾਡਾ ਇੱਕ ਧਿਆਨ ਨਾਲ ਸੋਨਾ ਗੱਲ ਨੂੰ ਕੋਈ ਵੀਰ ਲਾਈਵ ਨੂੰ ਛੱਡ ਕੇ ਨਾ ਜਾਵੇ ਸਾਡਾ ਇੱਕ ਨਵਾਂ ਫੇਸਬੁੱਕ ਪੇਜ ਹੈ ਜਿਸ ਦਾ ਨਾਮ ਹੈ ਗੁਰਸੇਵਕ ਸਿੰਘ ਗਿੱਲ ਦੇ ਨਾਂ 'ਤੇ ਗੁਰਸੇਵਕ ਸਿੰਘ ਗਿੱਲ ਦੇ ਨਾਂ 'ਤੇ ਜਿਹਨੂੰ ਕਿਸੇ ਵੀਰ ਨੂੰ ਨਾ ਸਮਝ ਲੱਗੀ ਹੋਵੇ ਤਾਂ ਲਾਈਵ ਤੋਂ ਬਾਅਦ ਸਾਨੂੰ ਫੋਨ ਕਾਲ ਕਰ ਸਕਦਾ ਵਾ ਨੰਬਰ ਸਾਡਾ ਇੱਕ ਵਾਰੀ ਫੇਰ ਨੋਟ ਕਰ ਲਓ 8985794939 6854 7449 3 ਇਸ ਲਈ ਵੀਰੋ ਇਸ ਨੰਬਰ 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਜੋ ਵੀਰਾਂ ਨੂੰ ਬੇਨਤੀ ਆ ਵੀਡੀਓ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਵੀਰੇ 2 ਸਕਿੰਟ ਨਹੀਂ ਲੱਗਦੇ ਹੁਣੇ ਸ਼ੇਅਰ ਕਰ ਦਿਓ ਬਸ ਸ਼ੇਅਰ ਲਾਈਕ ਤੇ ਕਮੈਂਟ ਬਸ ਕਰ ਦਿਓ ਜਿਹੜਾ ਨਵਾਂ ਪੇਜ ਤੁਹਾਨੂੰ ਆਖਿਆ ਉਹਨੂੰ ਫੋਲੋ ਕਰ ਦਿਓ ਹਾਂਜੀ ਤਾਂ ਵੀਰੋ ਜੀ ਜੀ ਸਾਥੀਆਂ ਨੂੰ ਇਹੋ ਬੇਨਤੀ ਆ ਵੀ ਸਾਥੀਓ ਅੱਜ ਜਿਹੜਾ ਅਸੀਂ ਲਾਈਵ ਖੁਲਾਸਾ ਤੁਹਾਨੂੰ ਦਿਖਾਤਾ ਵਾ ਤੇ ਕੋਈ ਵੀ ਮੇਰਾ ਵੀਰ ਵੀਡੀਓ ਨੂੰ ਛੱਡ ਕੇ ਨਾ ਜਾਵੇ ਸੋ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜਾ ਅੱਜ ਸਰਕਾਰ ਨਵੇਂ ਤੋਂ ਨਵਾਂ ਹਥਕੰਡਾ ਅਪਣਾ ਰਹੀ ਹੈ ਇਹ ਅਸੀਂ ਮਾਝੇ ਦੀ ਧਰਤੀ ਦੇ ਹਾਂ ਮਾਝੇ ਦੀ ਭਾਵਾਂ ਦੀ ਧਰਤੀ ਦੇ ਅੱਜ ਅਸੀਂ ਇੱਥੇ ਤੁਹਾਨੂੰ ਲਾਈਵ ਖੁਲਾਸਾ ਕਰਕੇ ਦਿਖਾਤਾ ਇਹ ਖੁਲਾਸੇ ਤੁਹਾਡੇ ਸਾਹਮਣੇ ਹੁੰਦੇ ਰਿਹਾ ਕਰ ਰਹੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਜਿਹੜਾ ਲਾਈਵ ਖੁਲਾਸਾ ਹੋਊਗਾ ਉਹ ਗੁਰਸੇਵਕ ਸਿੰਘ ਗਿੱਲ ਦੇ ਨਾਮ 'ਤੇ ਵੀਡੀਓ 'ਤੇ ਹੋਊਗਾ ਇਹ ਜਿਹੜੇ ਖੁਲਾਸੇ ਆ ਤੁਹਾਡੇ ਨਾਲ ਅਸੀਂ ਹਰ ਰੋਜ਼ ਸਾਂਝੇ ਕਰਦੇ ਰਿਹਾ ਕਰਾਂਗੇ ਇਸ ਲਈ ਸਾਥੀਆਂ ਨੂੰ ਇਹੋ ਬੇਨਤੀ ਆ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦੇਣ ਤਾਂ ਜੋ ਸਾਰੇ ਵੀਰਾਂ ਤੀਕਰ ਆਵਾਜ਼ ਪਹੁੰਚ ਸਕੇ ਇੱਧਰ ਵੇਖ ਸਕਦੇ ਤੁਸੀਂ ਵੀ ਅੱਜ ਝੋਨਾ ਲੱਗਣ ਦਾ ਸੀਜ਼ਨ ਹੈ ਝੋਨਾ ਲੱਗ ਚੁੱਕਿਆ ਵਾ ਲੱਗ ਚੁੱਕਿਆ ਝੋਨਾ ਅਤੇ ਮੇਰੇ ਵੀਰ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਜਿੰਨੀ ਕੀਤੀ ਜਾਂਦੀ ਜੋ ਅਤੇ ਅਗਲੀ ਵੀਡੀਓ ਗੁਰਸੇਵਕ ਸਿੰਘ ਗਿੱਲ ਦੇ ਜਿਹੜਾ ਪੇਜ ਹੈ ਉਹ 'ਤੇ ਆਪਾਂ ਪਾਵਾਂਗੇ ਅਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਵੀਰਾਂ ਤੀਕਰ ਆਵਾਜ਼ ਪਹੁੰਚ ਸਕੇ ਅਤੇ ਜਿਹੜੀ ਆ ਵੀਡੀਓ ਆ ਇਹ ਲੰਬੀ ਸ਼ੇਅਰ ਕਰਤੀ ਆ ਅਤੇ ਕਾਫੀ ਲੰਮਾ ਜਿਹੜਾ ਅੱਜ ਆਪਾਂ ਲਾਈਵ ਹੋਏ ਡਰਨਾ ਕੋਈ
मेरे सामने अद्धे घंटे का लाइव हुए होवांगे। वड्डा लाइव कमेंट करके दस दिता जाए भी किन्ने चिर का लाइव हो गया। अज साडा हाई ग्रेड सी कि अद्धे घंटे का 15 मिनटा का कोई लाइव होया जाए, पर लाइव सानू पता है बहुत तगड़ा हो गया, वड्डा बहुत हो गया लाइव। कई वीर वीर बेनती होना अखीर से छड्ड के ना जाने यार पेज नू अगली बार उस चीज ते खुलासा कर दवांगे। इत्थे कमेंट च जल्दी दस दो मेरे वीर, हुणे दस दो जल्दी मिंटो मिंटी। ते आपां हाले हैगे आ लाइव च, ते वीरां नूं बेनती लाइव ना छड्ड के जाण। शेयर एक मिनट शेयर कर दो यार वीडियो नूं, सारे जणे शेयर कर दो यार। सल्यूट है तुहानूं यार अग्गे वीरां नूं जिहड़े मेरे वीर। मेहरबानी होगी जे तुसीं शेयर करोगे, बहुत धन्नवादी होवांगे। तुहाडे अर्गे देखो जे तुसीं साडी सपोर्ट करोगे ना तो सानू भी अल्लाह शरी मिलदी रहनी, सानू भी पता लग जू यार साडे नाल इन्ने लोग जिहड़े सहमत आ साडी विचार चर्चा नाल, है ना। तो इसलिए 40 कमेंट की 45 की कोई बन चुकी है लाइव वीडियो, एडा तगड़ा लाइव हो गया आप दस नहीं सकते। मैनूं काफ़ी तगड़ा लाइव हो गया, तुहाडा समा भी बहुत जिहड़ा वडमुला समा वा, क्योंकि असीं तां टाइम चो टाइम कढ के जिहड़ा अज लाइव होए आ तुहाडे नाल। ते वीरां नूं बेनती इहो वी वीडियो नूं दब के शेयर कर देना, लोगों तक जिहड़ी वीडियो पहुँच सके, लोगों नूं पता लग जाए कि आ जिहड़ा असीं खुलासा कीता है ये कदे संबंध कीता क्यों कीता है। अज इस तरीके दे नाल असीं रल नाल, क्योंकि वीडियो तो बाद असीं कमेंट पढ़ने वीरां दे, जिहड़े वीर सानूं हल्ला शेरी देणगे ना सानूं यार सारी रात खुशियां होई जाणियां वी नहीं यार इन्ने सैल्यूट है उन्होंने वीर इनकलाब जिंदाबाद है उन्होंने वीर जेडे वीर ने अज वेखी है साड़ी वीडियो लाइव वीडियो, इसलिए अगे असं उतना वीडियो पाने स। मैं अज हरमनदीप सिंह नूं आख्या सी बैठे सां उत्थे, तां उत्थे बैठे सां स्टूडियो दे विच, मैं कहा भी हरमनदीप सिंह भी अज आपां लाइव होईए ते लोकां नूं दस दईए भी जिहड़ा वा भी वीडियो दे विच भी असीं लाइव हो गए अज लाइव खुलासा करांगे। मैं कहा भी लाइव खुलासे दे विच नाले तां सरकार दे जे किसे कर्मचारी नूं पता लग गया तां उहनूं वी नाले पता लग जूगा ते नाले इहने नाल लाइव खुलासे हो जाणगे। इसलिए जिहड़ा लाइव खुलासा अज सी तुहानूं करके दिखाता वा। तो इस तरीके अगली बारी जिहड़ी कोई वीडियो किसी वीर ने लाइव खुलासा लेना होवे तां सानूं थले कमेंट बॉक्स च जरूर दसे। उन्हां वीरां दा धन्नवाद है जिहड़े कमेंट कर रहे ने, संधू साहब कर रहे ने, इस दे नाल सुखविंदर सिंह, सुखबीर सिंह कर रहे ने, लव शर्मा कर रहे ने, बहुत धन्नवाद। सल्यूट है उन्हां वीरां नूं जिहड़े कमेंट शेयर करी जाओ नाल, जिहड़े वीर शेयर कर रहे उन्हां नूं भी सल्यूट है साडा, तहे दिलों यार धन्नवाद है उन्हां वीरां नूं, क्योंकि सच कोई कोई शेयर करदा जणा 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 खणा कोई शेयर नहीं करदा। जे अज जिन्हें भी सच बोलण वाले सानूं वी मिले आ, जिगरे वाले मिले आ जिन्हां सच बोलिया, लाइव नूं छड्ड के ना जाओ। बस 2 मिंट होर लवांगे तुहाडे, वध तों वध 2 मिंट, क्योंकि असीं नाले तां जिहड़ा तुहानूं दिखा देवांगे भी इस समें की हालत है। तो बस 2 मिनट होर लाइव लैना, 2 मिनट समा आप बस लैना वा, जदों अपनी 50 मिनट की वीडियो होगी अपना समा शायद काफ़ी हो चुका है, इस बस कोई 2 मिनट होर अपना 2 मिनट वडमुले आपके आपकी वडमुली जिंदगी का कोई 2 मिनट कट के बस वीडियो सुन लो। पहली गल तो ये जो वीडियो चंगी लगी है वीडियो नूं शेयर कर दो, लाइक शेयर कमेंट जरूर करो। तो जिहड़े कोई वीर मैनूं कमेंटां दे विच अपने मोबाइल नंबर देणगे उन्हां नूं मैं आप संपर्क करूँगा कि उन्हां नूं संपर्क करके भी आपां जिहड़ी गल्लबात आ उह करांगे। वीरां दा बहुत धन्नवाद है वीर जुड़ रहे ने, पर जांदा जांदा एक वारी उह फिर तुहानूं वीडियो दिखा दईए जिहड़ी खेम करन वाली साइड तों वीडियो आ गई है जिहड़ी साडे कोल आई है। असीं एवें नहीं बोलते, साढ़े को सबूत है, बकायदा तौर पर सबूत है। पिछले दिन बोलते पिछले दिन ही असीं लाइव होए सां, असीं कहा सी कि भी जिहड़ा कई गल्लां कीतियां सी इसे तरीके दे नाल असीं हर रोज़ दूजे तीजे दिन ही तुहाडा लाइव हो जांदे रहना वा। हुण असीं परसों चौथे मीनिंग भी इन्हां दोवां दे इन्हां दोवां दिनां दे दरमियान सोम मंगलवार दे विच विच जिहड़ा आपां रड़ना अगली वीडियो च लाइव होवांगे। हुण तो एक वारी उह वीडियो देख लईए आपां सारे वीर, तुहानूं आ वीडियो दिखा दईए। हुण क्लीयर आई है वीडियो,
कि हुण शाम हो चुकी है, इस करके आ वीडियो दिखाउण दा करके आपां थोड़ा जिहा डाटा समा लिया क्योंकि फोन थोड़ा जिहा सैट नहीं सी उस समय। आ वा खेम करन वाली जगह साइड दी, ते आ साडा इत्थों दी हाल देख लो, सेम टू सेम ओह हालात आ पिछली खेम करन ते घट इत्थे मेरे सा ना ज्यादा ना इत्थे ओह बराबर ही आ जी सारिआं दे ओहो ही जगह वा ओहो ओहो ही काम होया पिआ सारिआं जगह ते। असीं माझे दी धरती तो गल कर रहे हां वीरो, वीरो साडा जिहड़ा फेसबुक दा पेज आ गुरसेवक सिंह गिल दे नां ते, अज जिहड़ी आ इस आई डी तो असीं हो रहे हां ना लाइव, इह तां असीं मीनिंग ਤਾਂ ਕਰਕੇ ਅਸੀਂ ਮੈਂ ਕਿਹਾ ਵੀ ਉਹਦੇ ਨਾਲ ਇੰਨੇ ਆਪਣੇ ਜਿਹੜੇ ਸਾਥੀ ਆ ਉਹ ਜੁੜਨੇ ਨਹੀਂ ਆ, ਫਰੈਂਡ ਨਹੀਂ ਜੁੜਨੇ, ਤਾਂ ਮੈਂ ਕਿਹਾ ਵੀ ਆਪਾਂ ਐਂ ਕਰੀਏ ਇਸ ਆਈ ਡੀ ਤੋਂ ਹੋ ਜਾਈਏ ਕਿਉਂਕਿ ਇਹਦੇ ਨਾਲ ਸਾਡਾ ਕੋਈ 4,500 ਦੇ ਤਕਰੀਬਨ ਫਰੈਂਡ ਹੈਗਾ, ਮੈਂ ਕਿਹਾ ਵੀ ਇਹਦੇ ਨਾਲ ਫਰੈਂਡ ਜੁੜ ਜਾਣਗੇ। ਪਰ ਜੇ ਉਹ ਪੇਜ ਨੂੰ ਤੁਸੀਂ ਲਾਈਵ ਕਰ ਦਿਉ ਲਾਈਕ ਕਰ ਦਿਉ ਅਤੇ ਉਹਦੇ ਨਾਲ ਫੋਲੋ ਹੋ ਜਾਓ, ਅਤੇ ਜਿੰਨੇ ਆਪਾਂ ਸਾਥੀ ਦੇਖ ਰਹੇ ਹਾਂ ਅਤੇ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਕਰ ਦੱਬ ਕੇ ਲਾਈਕ ਕਰ ਦਿਉ, ਸ਼ੇਅਰ ਕਰ ਦਿਉ, ਕਮੈਂਟ ਕਰ ਦਿਉ, ਸਲਿਊਟ ਹੈ ਉਹਨਾਂ ਵੀਰਾਂ ਨੂੰ ਤੁਹਾਡਾ, ਸ਼ੇਅਰ ਕਰੀ ਜਾ ਮੇਰਾ ਵੀਰ, ਧੰਨਵਾਦ ਵੀਰੋ ਤੁਹਾਡੇ, ਤੁਹਾਡਾ ਕਰਕੇ ਤੁਹਾਡਾ ਕਰਕੇ ਅਸੀਂ ਜਿਹੜਾ ਵਾ ਇਸ ਸਮੇਂ ਵੀਡੀਓ ਬਣਾ ਰਹੇ ਹਾਂ, ਬੋਲ ਦਿੱਤਾ ਵਾ ਤੇ ਲਾਈਵ ਵੀਡੀਓ ਤੋਂ ਬਾਅਦ ਆਪ ਜੀ ਸਾਡਾ ਸੰਪਰਕ ਕਰ ਮੀਨਿੰਗ ਕਿ ਉਹ ਆਪਣਾ ਨੰਬਰ ਲਿਖ ਕੇ ਕਮੈਂਟਾਂ ਦੇ ਥੱਲੇ ਭੇਜ ਦਿਓ, ਅਸੀਂ ਹਰ ਇੱਕ ਵਿਅਕਤੀ ਨਾਲ ਉਸ ਨਾਲ ਗੱਲਬਾਤ ਕਰਾਂਗੇ ਜਿਹਨੇ ਕਿਸੇ ਨੇ ਸਾਡੇ ਨਾਲ ਵਿਚਾਰ ਚਰਚਾ ਕਰਨੀ ਹੋਵੇ। ਤਾਂ ਲਾਈਵ ਵੀਡੀਓ ਦੇ ਵਿੱਚ ਇੰਨੀ ਬੇਨਤੀ ਕਰਨਾ ਚਾਹੁੰਦੇ ਸਾਂ ਕਿ ਜਿਹੜਾ ਗੁਰਸੇਵਕ ਸਿੰਘ ਗਿੱਲ ਦੇ ਨਾਂ 'ਤੇ ਪੇਜ ਹੈ ਉਹਨੂੰ ਲਾਈਕ ਕਰ ਦਿਉ ਅਤੇ ਉਹਦੇ ਨਾਲ ਫੋਲੋਵਰ ਜਿਹੜੇ ਆਪਾਂ ਸਾਰੇ ਵੀਰ ਜੁੜ ਜਾਈਏ। ਤਾਂ ਇੱਕ ਗੱਲ ਮੈਂ ਜਿੰਨੇ ਵੀ ਵੀਰ ਆ ਸਾਡੇ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਯਾਰ ਜੁੜ ਜਾਇਆ ਕਰੋ, ਲਾਈਵ ਵੀਡੀਓ ਦੇਖ ਲਿਆ ਕਰੋ, ਕਿਉਂ ਫਿਰ ਸਾਨੂੰ ਵੀ ਹੋ ਜਾਂਦਾ ਵੀ ਲਾਈਵ ਤੋਂ ਟੁੱਟਿਆ ਨਾ ਕਰੋ ਮੇਰੇ ਵੀਰ, ਠੀਕ ਹੈ ਨਾ। ਅਤੇ ਇਸ ਲਈ ਬਸ ਇੰਨੀਆਂ ਹੀ ਅਸੀਂ ਤਾਂ ਆਪ ਜੀ ਨੂੰ ਗੱਲਾਂ ਕਹਿਣਾ ਚਾਹੁੰਦੇ ਸਾਂ ਵੀ ਜਿਹੜੀਆਂ ਮੇਨ ਮੁੱਦੇ ਸਨ। ਤਾਂ ਇਹ ਇੱਕ ਵਾਰੀ ਫਿਰ ਆਪਣਾ ਮੋਬਾਈਲ ਨੰਬਰ ਬੋਲ ਦਈਏ ਅਖੀਰ ਦਾ ਜਾਂਦੇ ਜਾਂਦੇ, ਸਾਡਾ ਮੋਬਾਈਲ ਨੰਬਰ ਹੈ 8968574493। ਸੋ ਸਾਥੀਓ ਸਲਿਊਟ ਹੈ ਆਪ ਸਭ ਨੂੰ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਸੋ ਸਾਥੀਓ ਸਲਿਊਟ ਹੈ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਲਾਈਵ ਵੀਡੀਓ ਇੰਨਾ ਲੰਮਾ ਸਮਾਂ ਕੱਢ ਕੇ ਵੇਖੀ ਯਾਰ, ਤੁਹਾਡੇ ਵਰਗੇ ਇਨਕਲਾਬੀ ਵੀਰਾਂ ਨੂੰ ਦੇਖ ਕੇ ਯਾਰ ਸਲਿਊਟ ਕਰਨ ਨੂੰ ਜਿੱਤ ਕਰਦਾ, ਸੱਚੇ ਦਿਲੋਂ ਸਲਿਊਟ ਹੈ ਤੁਹਾਨੂੰ। ਇਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਫੇਸਬੁੱਕ ਦਾ ਪੇਜ ਹੈ ਗੁਰਸੇਵਕ ਸਿੰਘ ਗਿੱਲ ਦੇ ਨਾਂ ਦਾ, ਉਹਨੂੰ ਦੱਬ ਕੇ ਜਿਹੜਾ ਸ਼ੇਅਰ ਲਾਈਕ ਅਤੇ ਫੋਲੋ ਕਰ ਲਿਓ ਅਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੀਰੇ, ਜਿੰਨੇ ਵੀ ਜਣੇ ਆਪਾਂ ਵੇਖਣ ਦੇ ਆ ਨਾ ਵੀਡੀਓ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ। ਸਲਿਊਟ ਆ, ਧੰਨਵਾਦ, ਸਤਿ ਸ਼੍ਰੀ ਅਕਾਲ ਵੀਰੋ, ਓਕੇ ਬਾਏ, ਫਿਰ ਹੋਵਾਂਗੇ ਲਾਈਵ ਸੋ ਮੰਗਲਵਾਰ ਤਾਈਂ ਬੁੱਧਵਾਰ ਤਾਈਂ, ਜਿਹੜਾ ਆਪਾਂ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਹੋ ਸਕਦਾ ਲਾਈਵ ਹੋਈਏ ਤਾਂ ਸ਼ਾਮ ਜੀ ਨੂੰ ਲਾਈਵ ਹੋਵਾਂਗੇ। ਓਕੇ ਬਾਏ, ਚੜ੍ਹਦੀ ਗਲਾ 'ਚ ਰੱਖੇ ਤੁਹਾਨੂੰ ਪਰਮਾਤਮਾ।